ਕਹਿੰਦੇ ਨਾ ਮਿਲਵਰਤਨ ਲਹਿਰ ਜੀ, ਉਹਦੇ ਵਿੱਚ ਬੜੀ ਸਰਗਰਮੀ ਨਾਲ ਇਹਨਾਂ ਨੇ ਹਿੱਸਾ ਲਿਆ ਜੀ। ਉਹਦੇ ਬਦਲੇ ਵਜੋਂ ਇਹਨਾਂ ਨੂੰ ਫਿਰ 14 ਮਹੀਨੇ ਦੀ ਜੇਲ੍ਹ ਦੀ ਹਵਾ ਭਖਣੀ ਪਈ ਜੀ। ਕੁਰਬਾਨੀਆਂ ਦੇਖੋ ਜੀ, ਕੁਰਬਾਨੀਆਂ ਦੀ ਗੱਲ ਤੁਸੀਂ ਸੁਣਾ ਰਹੇ ਹੋ, ਕਿੱਡੀਆਂ ਵੱਡੀਆਂ ਕੁਰਬਾਨੀਆਂ ਲਗਾਤਾਰ ਜੀ, ਮਤਲਬ ਇੱਕ ਤੋਂ ਬਾਅਦ ਦੂਜੀ, ਦੂਜੀਆਂ ਬਾਅਦ ਤੀਜੀ ਜੀ। ਇਹ ਫਿਰ ਪਿੱਛੇ ਨਹੀਂ ਮੁੜੇ। ਫਿਰ ਇਹਨਾਂ ਦਾ ਮੰਤਵ ਸਿੱਧਾ ਇਹ ਸੀ ਕਿ ਹੁਣ ਬਰਤਾਨੀ ਸਰਕਾਰ ਨੂੰ ਇੱਥੋਂ ਕੱਢਣਾ ਹੈ ਜੀ, ਗੁਰਦੁਆਰੇ ਵੀ ਆਜ਼ਾਦ ਕਰਾਉਣੇ ਨੇ ਤੇ ਭਾਰਤ ਵੀ ਆਜ਼ਾਦ ਕਰਾਉਣਾ ਹੈ। ਹਾਂਜੀ, ਉਦੋਂ ਬਾਅਦ ਜੀ ਫਿਰ ਖੱਕ ਸਾਹਿਬ ਇਹ ਮਿਲਾਇਆ ਚਲੇ ਜਾਂਦੇ ਨੇ। ਅੱਛਾ ਜੀ, ਹਾਂ, ਉੱਥੇ ਜਦੋਂ ਮਿਲਾਇਆ ਗਏ ਨੇ ਜੀ, ਤੇ ਮਿਲਾਇਆ ਵਾਲੇ ਉਹਨਾਂ ਨੇ ਕੀਤਾ ਕਿ ਇਹਨਾਂ ਦਾ ਪਿਛਲਾ ਰਿਕਾਰਡ ਫੁੱਲ ਲਿਆ ਕਿ ਹੈ ਬੰਦਾ ਕੌਣ ਹੈ। ਜਦੋਂ ਇਹ ਵੇਖਿਆ ਕਿ ਉੱਥੇ ਦੇ ਮੋਰਚਿਆਂ ਵਿੱਚ ਇਹ ਕੈਦਾਂ ਕੱਢਦਾ ਰਿਹਾ, ਇਹ ਬਰਤਾਨਵੀ ਸਰਕਾਰ ਵਿਰੁੱਧ ਮੋਰਚੇ ਲਾਉਂਦਾ ਰਿਹਾ ਜੀ, ਉਹਨਾਂ ਨੇ ਬਿਨਾਂ ਪੁੱਛੋਂ ਉਹਨੇ ਆਪਣਾ ਜਥੇਦਾਰ ਸਾਹਿਬ ਵਾਸਤੇ ਇੱਕ ਹੋਰ ਮੁਸ਼ਕਿਲ ਖੜੀ ਹੋ ਗਈ। ਉਹਨਾਂ ਨੇ ਉਹਨਾਂ ਨੂੰ ਫਿਰ ਜੇਲ੍ਹ ਚ ਪਾ ਦਿੱਤਾ ਜੀ। ਅੱਛਾ ਜੀ, ਜਿਹੜਾ ਜੇਲ੍ਹ ਚ ਨਹੀਂ ਪਾਇਆ, ਇੱਕ ਸਮੱਸਿਆ ਹੋਰ ਖੜੀ ਇਹ ਹੋ ਗਈ ਕਿ ਜਥੇਦਾਰ ਫੇਰੂਮਾਨ ਸਾਹਿਬ ਅੰਮ੍ਰਿਤਧਾਰੀ ਸਿੰਘ ਸਨ ਜੀ, ਪੂਰਨ ਗੁਰਸਿੱਖ ਸਨ, ਨਾਮ ਬਾਣੀ ਦੇ ਅਭਿਆਸੀ ਸਨ ਜੀ, ਪੰਜੇ ਬਾਣੀਆਂ ਪੜ੍ਹਨ ਵਾਲੇ ਸਨ। ਬਿਲਕੁਲ, ਪੰਜੇ ਬਾਣੀਆਂ ਦਾ ਮਤਲਬ ਹੈ ਕਿ ਪੰਜ ਬਾਣੀਆਂ ਤੇ ਕਰਨੀਆਂ ਹੀ ਕਰਨੀਆਂ ਨੇ। ਹਾਂਜੀ, ਉਹਦੇ ਨਾਲ ਜਿਹੜੀਆਂ ਪੰਜ ਬਾਣੀਆਂ ਤੋਂ ਇਲਾਵਾ ਬਾਣੀਆਂ ਨੇ ਜੀ, ਜਿਵੇਂ ਸੌਣ ਲੱਗਿਆ ਸੋਹਲੇ ਦਾ ਪਾਠ ਕਰਨਾ ਹੈ, ਹਾਂਜੀ, ਸੰਧਿਆ ਪੈਣ ਤੇ ਰਹਿਰਾਸ ਦਾ ਪਾਠ ਕਰਨਾ, ਸੋਦਰ ਦਾ ਪਾਠ ਕਰਨਾ ਹੈ ਜੀ, ਵੇਲੇ ਕੁਲੇ ਸੁਖਮਨੀ ਸਾਹਿਬ ਦਾ ਪਾਠ ਵੀ ਕਰਨਾ, ਉਹ ਵੀ ਕਰਦੇ ਸਨ ਜੀ। ਇਹ ਉਹਨਾਂ ਦੇ ਸੁਭਾਅ ਦੇ ਵਿੱਚ ਉਹਨਾਂ ਦੀ ਇੱਕ ਜ਼ਿੰਦਗੀ ਦਾ ਇੱਕ ਤੌਰ ਤਰੀਕਾ ਸੀ ਜੀ। ਜੀ ਬਿਲਕੁਲ। ਹੁਣ ਜਦੋਂ ਉਹਨਾਂ ਨੂੰ ਜੇਲ੍ਹ ਚ ਉੱਥੇ ਪਾ ਦਿੱਤਾ ਗਿਆ, ਅੰਮ੍ਰਿਤਧਾਰੀ ਹੋਣ ਦੇ ਨਾਤੇ ਉਹਨਾਂ ਨੂੰ ਕਛਹਿਰਾ ਪਾਉਣ ਦੀ ਇਜਾਜ਼ਤ ਨਾ ਦਿੱਤੀ ਗਈ। ਇਹ ਉਹਨਾਂ ਲਈ ਇੱਕ ਹੋਰ ਬੜੀ ਵੱਡੀ ਸਮੱਸਿਆ ਹੋ ਗਈ। ਉਹਨਾਂ ਨੇ ਕੀ ਕੀਤਾ ਜੀ, ਜੇਲ੍ਹ ਦੇ ਵਿੱਚ ਇਸ ਦੇ ਵਿਰੁੱਧ ਹੀ ਉਹਨਾਂ ਨੇ ਭੁੱਖ ਹੜਤਾਲ ਜਾਰੀ ਕਰ ਦਿੱਤੀ ਜੀ, ਕਿ ਮੈਨੂੰ ਕਛਹਿਰਾ ਪਾਉਣ ਦੀ ਜਿਹੜੀ ਇਜਾਜ਼ਤ ਨਹੀਂ ਦੇ ਰਹੇ। ਮੈਂ ਉੱਥੇ ਉਹਨਾਂ ਨੇ ਹੰਗਰ ਸਟ੍ਰਾਈਕ ਸ਼ੁਰੂ ਕਰਤੀ ਤੇ 3 ਹਫ਼ਤਿਆਂ ਤੱਕ ਉਹਨਾਂ ਨੇ ਭੁੱਖ ਹੜਤਾਲ ਜਾਰੀ ਰੱਖੀ ਆਪਣੀ। ਅੱਛਾ ਜੀ, ਉੱਥੋਂ ਫਿਰ ਰਿਹਾ ਹੋ ਕੇ ਇਹ ਫਿਰ ਵਾਪਸ ਇੰਡੀਆ ਵਾਪਸ ਆ ਜਾਂਦੇ ਜੀ। ਹਾਂਜੀ, ਜਦੋਂ ਵਾਪਸ ਆਉਂਦੇ ਨੇ ਤੇ ਫਿਰ ਇੱਕ ਨਵੀਂ ਮੂਵਮੈਂਟ ਚੱਲੀ ਉੱਥੇ, ਉਹ ਸੀ ਸਿਵਲ ਨਾ ਫੁਰਮਾਨੀ ਜੀ, ਜਿਹਨੂੰ ਅਸੀਂ ਅੰਗਰੇਜ਼ੀ ਕਹਿੰਦੇ ਹਾਂ ਸਿਵਲ ਡਿਸਓਬੀਡੀਅੰਸ। ਬਿਲਕੁਲ, ਮੂਵਮੈਂਟ। ਹਾਂਜੀ, ਉਹ ਮੂਵਮੈਂਟ ਦੇ ਵਿੱਚ ਇਹਨਾਂ ਨੇ 3 ਵਾਰ ਗ੍ਰਿਫਤਾਰੀ ਦਿੱਤੀ ਹੈ ਜੀ, 1 ਵਾਰੀ ਨਹੀਂ, 2 ਵਾਰ ਨਹੀਂ, 3 ਵਾਰੀ। ਇੱਕ ਵਾਰੀ ਗ੍ਰਿਫਤਾਰ ਹੋਏ, ਫਿਰ ਰਿਹਾ ਹੋ ਗਏ, ਫਿਰ ਦਿੱਤੀ, ਫਿਰ ਰਿਹਾ ਹੋ ਗਏ, ਫਿਰ 3 ਵਾਰੀ ਗ੍ਰਿਫਤਾਰੀ ਦਿੱਤੀ ਇਹਨਾਂ ਨੇ ਜੀ। ਇੰਨੇ ਮਹਾਨ ਇਹ ਮਤਲਬ ਆਪਣੀ ਮਰਜ਼ੀ ਦੇ ਮਜ਼ਬੂਤ ਇਰਾਦੇ ਦੇ ਮਾਲਕ ਸਨ, ਮਜ਼ਬੂਤ ਇਰਾਦਿਆਂ ਦੇ ਮਾਲਕ ਸੀ। ਬਿਲਕੁਲ, ਇਹ ਪਿੱਛੇ ਹਟ ਪਾਲੇ ਨਹੀਂ ਸਨ ਜੀ। ਜੀ ਜੀ ਬਿਲਕੁਲ। ਇਹ ਫਿਰ ਦੇਖੋ ਉਸ ਤੋਂ ਬਾਅਦ ਇਹ ਹੋਇਆ ਕਿ ਜੀ ਇਹਨਾਂ ਦੇ ਨਾਲ ਇੱਕ ਗਰੁੱਪ ਜੁੜਦਾ ਗਿਆ ਫੇਰੂਮਾਨ ਜੀ ਦੇ ਨਾਲ, ਜਿਹਨਾਂ ਵਿੱਚ ਮੈਂ ਕੁਝ ਬੰਦਿਆਂ ਦਾ ਜ਼ਿਕਰ ਕਰਦਾ ਜੇ ਜੀ ਜੀ, ਇਹ ਜਥੇਦਾਰ ਊਧਮ ਸਿੰਘ ਨਾਗੋਕੇ, ਊਧਮ ਸਿੰਘ ਨਾਗੋਕੇ ਜੀ ਬਿਲਕੁਲ, ਜਿਹੜੇ ਇਹਨਾਂ ਦੇ ਨਾਲ ਸਨ ਜੀ। ਇਹ ਫਿਰ ਖੱਕ ਸਾਹਿਬ ਦੋ ਗਰੁੱਪ ਜੇ ਬਣ ਗਏ ਸਨ, ਇੱਕ ਗਰੁੱਪ ਦਾ ਨਾਂ ਹੀ ਸੀ ਜਥੇਦਾਰਾਂ ਦਾ ਗਰੁੱਪ ਜੀ, ਔਰ ਉਹਨਾਂ ਵਿੱਚ ਜ਼ਿਆਦਾ ਲੋਕ ਜਿਹੜੇ ਸਨ ਉਹ ਜ਼ਿਮੀਦਾਰਾਂ ਲੋਕ ਸਨ ਜੀ। ਬਿਲਕੁਲ, ਕਿਸਾਨ ਲੋਕ ਸਨ, ਜੱਟ ਲੋਕ ਸਨ ਜੀ, ਤੇ ਦੂਜੇ ਪਾਸੇ ਸਨ ਮਸਤ ਤਾਰਾ ਸਿੰਘ ਜਿਹੜੇ ਕਿ ਉਂਝ ਬ੍ਰਾਹਮਣ ਜਾਤ ਵਿੱਚੋਂ ਸਨ। ਬਿਲਕੁਲ, ਪਰ ਉਹ ਸਿੱਖ ਸਜੇ ਸਨ, ਸਿੰਘ ਸਜੇ ਸਨ ਜੀ, ਭਾਵੇਂ ਜਾਤ ਪਾਤ ਨਹੀਂ ਕੋਈ ਹੁੰਦੀ ਸਿੱਖਾਂ ਵਿੱਚ ਜੀ। ਬਿਲਕੁਲ, ਪਰ ਉਂਝ ਤੁਹਾਨੂੰ ਪਤਾ ਸੁਭਾਅ ਦੇ ਤੌਰ ਤੇ ਜਿਵੇਂ ਜੱਟ ਦਾ ਤੇ ਭਾਪੇ ਦੇ ਸੁਭਾਅ ਦਾ ਬੜਾ ਫਰਕ ਹੁੰਦਾ ਜੀ। ਫਰਕ ਹੁੰਦਾ, ਬਿਲਕੁਲ ਸਹੀ ਕਹਿ ਰਹੇ। ਤੇ ਉਹ ਗੱਲ ਜਿਹੜੀ ਸੀ ਨਾ ਜੱਟ ਵਾਲੀ ਗੱਲ, ਉਹ ਇਹਨਾਂ ਇਹਨਾਂ ਜਥੇਦਾਰਾਂ ਵਿੱਚ ਬੜੀ ਜ਼ਬਰਦਸਤ ਸੀ। ਸਹੀ, ਉਹਨਾਂ ਵਿੱਚ ਕੌਣ ਕੌਣ ਸਨ ਮੈਂ ਤੁਹਾਨੂੰ ਨਾਂ ਦੱਸਦਾ ਜੀ ਜੀ। ਜਥੇਦਾਰ ਜਰਸ਼ਨ ਸਿੰਘ ਫੇਰੂਮਨ ਹੋ ਗਏ ਜੀ, ਜਥੇਦਾਰ ਊਧਮ ਸਿੰਘ ਨਾਗੋਕੇ ਜੀ ਬਿਲਕੁਲ, ਜਥੇਦਾਰ ਮੋਹਨ ਸਿੰਘ ਨਾਗੋਕੇ ਜੀ, ਜਥੇਦਾਰ ਸੋਹਨ ਸਿੰਘ ਜਲਾਲ ਉਸਮਾ ਜੀ, ਤੇ ਜਥੇਦਾਰ ਪ੍ਰਤਾਪ ਸਿੰਘ ਜਿਹੜੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵੀ ਰਹੇ। ਠੀਕ ਜੀ, ਇਹ ਲੋਕ ਸਨ ਜੀ। ਇੱਕ ਦੋ ਨਾਂ ਹੋਰ ਵੀ ਸਨ, ਹਾਂ, ਗਿਆਨੀ ਗੁਰਮੁਖ ਸਿੰਘ ਮੁਸਾਫਰ ਵੀ, ਮੁਸਾਫਰ ਸਾਹਿਬ ਜੀ, ਉਹ ਵੀ ਇਹ ਗੁਰਮੁਖ ਸਿੰਘ ਮੁਸਾਫਰ ਖਾਸ ਕਰਕੇ ਤੇ ਊਧਮ ਸਿੰਘ ਨਾਗੋਕੇ ਖਾਸ ਕਰਕੇ ਤੇ ਜਥੇਦਾਰ ਫੇਰੂਮਨ, ਇਹ ਤਕਰੀਬਨ 3 ਹਮਉਮਰ ਸਨ ਜੀ। ਅੱਛਾ ਜੀ ਜੀ, ਮੋਹਨ ਸਿੰਘ ਨਾਗੋਕੇ ਥੋੜਾ ਜਿਹਾ ਛੋਟਾ ਸੀ, ਜਲਾਲ ਉਸਮਾ ਹੋਰ ਛੋਟਾ ਸੀ,
ਮਜੈਲ ਸਾਹਿਬ ਵੀ ਥੋੜੇ ਛੋਟੇ ਸਨ ਜੀ, ਤੇ ਬਾਕੀ ਤਕਰੀਬਨ ਸਾਰੇ ਹਮ ਉਮਰੀ ਸਨ। ਬਿਲਕੁਲ। ਅੱਛਾ, ਇਹਨਾਂ ਦੇ ਨਾਲ ਮੈਂ ਤੁਹਾਨੂੰ ਆਪਣੇ ਪਰਿਵਾਰ ਦਾ ਵੀ ਥੋੜਾ ਜਿਹਾ ਪਿਛੋਕੜ ਦੱਸ ਦਿੰਦਾ ਜੀ। ਬਿਲਕੁਲ ਜ਼ਰੂਰੀ ਹੈ ਜੀ। ਮੇਰੇ ਦਾਦਾ ਜੀ ਗ੍ਰੈਂਡਫਾਦਰ ਹਾਂਜੀ, ਬਾਬਾ ਸੋਭਾ ਸਿੰਘ ਮਰਹਾਣਾ, ਅੱਛਾ ਜੀ, ਉਹ ਵੀ ਇਹਨਾਂ ਦੇ ਨਾਲ ਜੇਲ੍ਹਾਂ ਕੱਟੀਆਂ ਉਹਨਾਂ ਨੇ। ਠੀਕ ਜੀ। ਔਰ ਮੈਂ ਜਥੇਦਾਰ ਊਧਮ ਸਿੰਘ ਨਾਗੋਕੇ ਕੋਲੋਂ, ਜਿਹੜੇ ਦਰਸ਼ਨ ਸਿੰਘ ਫੇਰੂਮਾਨ ਦੇ ਹਮ ਉਮਰ ਸਨ ਜੀ, ਇੱਕ ਉਹਨਾਂ ਕੋਲੋਂ, ਨੰਬਰ ਦੋ ਜਥੇਦਾਰ ਮੋਹਨ ਸਿੰਘ ਨਾਗੋਕੇ ਕੋਲੋਂ ਜੀ, ਤੇ ਤੀਜੇ ਜਥੇਦਾਰ ਸੋਹਨ ਸਿੰਘ ਜਲਾਲ ਉਸਮਾ ਕੋਲੋਂ ਜੀ, ਜਿਹੜੇ ਗਿਆਨੀ ਜੈਲ ਸਿੰਘ ਵਜ਼ਾਰਤ ਵਿੱਚ ਵਜ਼ੀਰ ਵੀ ਸਨ। ਹਾਂਜੀ। ਉਹਨਾਂ ਕੋਲੋਂ ਆਪਣੇ ਦਾਦੇ ਦੀ ਬਹਾਦਰੀ ਦੀਆਂ ਗੱਲਾਂ ਵੀ ਸੁਣੀਆਂ ਜੀ। ਕਿਆ ਬਾਤ ਹੈ, ਕਿਆ ਬਾਤ ਹੈ। ਇਹ ਉਹਨਾਂ ਦੇ ਨਾਲ ਇੱਕੋ ਸਮੇਂ ਇਕੱਠਿਆਂ ਜੇਲ੍ਹਾਂ ਕੱਟੀਆਂ ਉਹਨਾਂ ਨੇ, ਫਾਇਰ ਫਾਈਟਰ ਫੈਮਿਲੀ ਚੋਂ ਜੀ ਤੁਸੀਂ ਵੀ। ਬਿਲਕੁਲ। ਤੇ ਇਸ ਕਰਕੇ ਮੈਨੂੰ ਉਹਨਾਂ ਨੂੰ ਨਿੱਜੀ ਤੌਰ ਤੇ ਵੀ ਮਿਲਣ ਦਾ ਮੌਕਾ ਮਿਲਦਾ ਰਿਹਾ ਜੀ। ਬਿਲਕੁਲ। ਉਹਨਾਂ ਕੋਲੋਂ ਪਿਆਰ ਵੀ ਲੈਣ ਦਾ ਮੌਕਾ ਮਿਲਦਾ ਰਿਹਾ। ਬੜੀ ਗੱਲ ਹੈ ਜੀ। ਇੱਕ ਵਾਰ ਨਹੀਂ, ਬੜੀ ਵਾਰ ਜੀ। ਉਹ ਫਿਰ ਜਿਹੜਾ ਇਹ ਗਰੁੱਪ ਸੀ ਨਾ ਜੀ, ਸਾਰਾ ਜਥੇਦਾਰਾਂ ਦਾ, ਹਾਂਜੀ, ਇਹ ਸਾਰਾ ਇਕੱਠਾ ਹੀ ਸੀ ਗਰੁੱਪ। ਹਾਂਜੀ। ਅੱਛਾ, ਹੁਣ ਇਹ ਗਰੁੱਪ ਜਿਹੜਾ ਸੀ, ਬਾਅਦ ਵਿੱਚ ਇਹਨਾਂ ਨੂੰ ਕਾਂਗਰਸ ਨਾਲ ਨੇੜਤਾ ਹੋ ਗਈ ਜੀ। ਇਹ ਸਾਰੇ ਗਰੁੱਪ ਜਿਹੜੇ ਸਨ ਜਥੇਦਾਰਾਂ ਵਾਲੇ, ਇਹ ਕਾਂਗਰਸ ਵਿੱਚ ਸ਼ਾਮਿਲ ਹੋ ਗਏ, ਤੇ ਮਸਤ ਤਾਰਾ ਸਿੰਘ ਹੋਰਾਂ ਨੇ ਆਪਣਾ ਅਕਾਲੀ ਦਲ ਉਹ ਉੱਥੇ ਹੀ ਕਾਇਮ ਰਹੇ ਜਿੱਥੇ ਉਹ ਹੈਗੇ ਸਨ ਜੀ। ਅੱਛਾ, ਹੁਣ ਮੈਂ ਵਾਪਸ ਆਉਂਦਾ ਜੇ ਜੀ, ਕਿ ਫੇਰੂ ਮਾਨ ਜੀ ਨੇ ਅਕਾਲੀ ਦਲ ਦੇ ਨਾਲ, ਇਹਨਾਂ ਨੇ ਜਿਹੜੀ ਕਾਂਗਰਸ ਵੱਲੋਂ ਗਈ ਸੀ ਨਾ ਇੱਕ ਲਹਿਰ, ਭਾਰਤ ਛੱਡੋ, ਹਾਂਜੀ, ਜਿਹਦਾ ਨਾਂ ਸੀ ਅੰਗਰੇਜ਼ੀ ਚ ਕੁਇਟ ਇੰਡੀਆ ਜੀ, ਕੁਇਟ ਇੰਡੀਆ ਮੂਵਮੈਂਟ, ਉਹ ਕਾਂਗਰਸ ਨੇ ਸ਼ੁਰੂ ਕੀਤੀ ਤੇ ਅਕਾਲੀਆਂ ਨੇ ਉਹਦੀ ਹਮਾਇਤ ਕੀਤੀ ਜੀ, ਤੇ ਫੇਰੂ ਮਾਨ ਜੀ ਨੇ ਵੀ ਉਹਦੇ ਵਿੱਚ ਵੱਧ ਚੜ ਕੇ ਹਿੱਸਾ ਲਿਆ। ਬਿਲਕੁਲ। ਕੁਇਟ ਇੰਡੀਆ ਮੂਵਮੈਂਟ ਵਿੱਚ ਵੀ ਜੀ। ਗੱਲ ਦੇਖੋ ਇਹਦੇ ਵਿੱਚ ਸਿਰਫ ਇੱਕ ਹੈਗੀ ਜੇ, ਕੁਇਟ ਇੰਡੀਆ ਜਾਂ ਆਪਣਾ ਡਿਸਓਬੀਡੀਅੰਸ ਵਾਲੀ ਮੂਵਮੈਂਟ ਹੋਵੇ ਹਾਂਜੀ, ਜਾਂ ਨਾ ਫਰਮਾਨੀ ਵਾਲੀ ਹੋਵੇ, ਇਹ ਸਾਰੀਆਂ ਮੂਵਮੈਂਟਸ ਜਿਹੜੀਆਂ ਸਨ ਨਾ ਜੀ, ਨੈਸ਼ਨਲ ਮੂਵਮੈਂਟਸ, ਚਾਹੇ ਅਕਾਲੀ ਲਹਿਰ ਸੀ ਚਾਹੇ ਕਾਂਗਰਸ ਵੱਲੋਂ ਚਲਾਈਆਂ ਸਨ ਜੀ, ਕਿਉਂਕਿ ਸਾਰੀਆਂ ਨੈਸ਼ਨਲ ਮੂਵਮੈਂਟਸ ਹੈਗੀਆਂ ਸਨ, ਕੌਮੀ ਲਹਿਰਾਂ ਸਨ ਦੇਸ਼ ਨੂੰ ਆਜ਼ਾਦ ਕਰਾਉਣ ਲਈ, ਆਜ਼ਾਦ ਕਰਾਉਣ ਲਈ ਜੀ। ਤੇ ਫੇਰੂ ਮਾਨ ਸਾਹਿਬ ਦਾ ਮਕਸਦ ਵੀ ਇਹੀ ਸੀ, ਦੇਸ਼ ਨੂੰ ਆਜ਼ਾਦ ਕਰਾਉਣਾ ਜੀ। ਉਹਨਾਂ ਨੇ ਉਸ ਹਰ ਲਹਿਰ ਦਾ ਸਾਥ ਦਿੱਤਾ ਜਿਹੜੀ ਦੇਸ਼ ਨੂੰ ਆਜ਼ਾਦ ਕਰਾਉਣ ਵਾਲੀ ਸੀ। ਬਿਲਕੁਲ। ਹੁਣ ਇੱਥੇ ਇੱਕ ਗੱਲ ਹੈ ਕਿ ਜਥੇਦਾਰ ਫੇਰੂ ਮਾਨ ਸਾਹਿਬ ਨੇ ਉਹ ਆਪਣੇ ਆਪ ਵਿੱਚ ਇਤਿਹਾਸ ਦਾ ਇੱਕ ਉਹ ਸੁਨਹਿਰੀ ਸਫ਼ਾ ਨੇ, ਜਿਹਨੂੰ ਖੱਕ ਸਾਹਿਬ ਜਿਵੇਂ ਤੁਸੀਂ ਕਹਿਣਾ ਕਿ ਮੀਡੀਆ ਨੇ ਅਣਗੌਲਿਆਂ ਕਰ ਦਿੱਤਾ ਜੀ, ਇਹ ਸਿਆਸੀਦਾਨਾਂ ਨੇ ਅਣਗੌਲਿਆਂ ਕਰ ਦਿੱਤਾ, ਪਰ ਉਹ ਇੱਕ ਐਸਾ ਸੁਨਹਿਰੀ ਸਫ਼ਾ ਨੇ ਜਿਹਨਾਂ ਨੂੰ ਕਦੀ ਵੀ ਅਣਗੌਲਿਆ ਨਹੀਂ ਕੀਤਾ ਜਾ ਸਕਦਾ ਜੀ। ਭਾਰਤ ਦੇ ਆਜ਼ਾਦ ਹੋਣ ਪਿੱਛੋਂ ਉਹ 1964 ਵਿੱਚ ਤੱਕ ਰਾਜ ਸਭਾ ਦੇ ਮੈਂਬਰ ਵੀ ਰਹੇ ਜੀ। ਹਾਂਜੀ, ਬਿਲਕੁਲ। ਪਰ ਫਿਰ ਕਾਂਗਰਸ ਦੇ ਨਾਲ ਉਹਨਾਂ ਦੇ ਕੁਝ ਵਖਰੇਵੇਂ ਹੋ ਗਏ। ਹਾਂਜੀ। ਨਿੱਜੀ ਤੌਰ ਤੇ ਵਖਰੇਵੇਂ ਹੋ ਗਏ। ਬਿਲਕੁਲ। ਔਰ ਵਖਰੇਵੇਂ ਖਾਲੀ ਫੇਰੂ ਮਾਨ ਸਾਹਿਬ ਦੇ ਨਹੀਂ ਹੋਏ। ਹਾਂਜੀ। ਸਭ ਤੋਂ ਪਹਿਲਾਂ ਜਥੇਦਾਰ ਊਧਮ ਸਿੰਘ ਨਾਗੋਕੇ ਦੇ ਵਖਰੇਵੇਂ ਹੋਏ ਨੇ। ਹਾਂਜੀ। ਔਰ ਆਪਣੇ ਸਮੇਂ ਜਥੇਦਾਰ ਊਧਮ ਸਿੰਘ ਨਾਗੋਕੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਵੀ ਰਹੇ ਜੇ ਜੀ, ਕਿਉਂਕਿ ਜਦੋਂ ਨਹਿਰੂ ਅੰਮ੍ਰਿਤਸਰ ਆਉਂਦਾ ਸੀ ਇਲੈਕਸ਼ਨ ਕੰਪੇਨ ਉੱਤੇ ਜਲਸੇ ਕਰਨ ਵਾਸਤੇ, ਤੇ ਈਸ਼ਰ ਸਿੰਘ ਮਜੈਲ ਤੇ ਊਧਮ ਸਿੰਘ ਨਾਗੋਕੇ ਉਹਦੇ ਨਾਲ ਦੋਨੋਂ ਸੱਜੇ ਖੱਬੇ ਖਲੋਤੇ ਹੁੰਦੇ ਸਨ ਜੀ। ਬਿਲਕੁਲ। ਮੈਂ ਅੱਖਾਂ ਨਾਲ ਵੇਖੇ ਜੀ ਦੋਨੋਂ। ਕਿਆ ਬਾਤ, ਕਿਆ ਬਾਤ। ਪਰ ਜਦੋਂ ਮਤਭੇਦ ਹੋਏ ਨੇ, ਊਧਮ ਸਿੰਘ ਨਾਗੋਕੇ ਇਕਦਮ ਕਾਂਗਰਸ ਤੋਂ ਵੱਖ ਹੋ ਗਿਆ। ਹਾਂਜੀ। ਤੇ ਉਦੋਂ ਇੱਕ ਆਪਣਾ ਪਾਰਟੀ ਸੀ, ਸੁਤੰਤਰ ਪਾਰਟੀ, ਸੁਤੰਤਰ ਪਾਰਟੀ ਜੀ, ਤੇ ਜਥੇਦਾਰ ਊਧਮ ਸਿੰਘ ਨਾਗੋਕੇ ਸੁਤੰਤਰ ਪਾਰਟੀ ਦੇ ਪ੍ਰਧਾਨ ਬਣ ਗਏ ਨੇ, ਤੇ ਜਥੇਦਾਰ ਦਰਸ਼ਨ ਸਿੰਘ ਜਿਹੜੇ ਸਨ ਫੇਰੂ ਮਾਨ ਜੀ ਜੀ, ਇਹਨਾਂ ਨੇ ਵੀ ਉਹ ਪਾਰਟੀ ਨੂੰ ਜੁਆਇਨ ਕਰ ਲਿਆ ਊਧਮ ਸਿੰਘ ਨਾਗੋਕੇ ਦੇ ਨਾਲ ਜੀ, ਸੁਤੰਤਰ ਪਾਰਟੀ। ਹੁਣ ਗੱਲ ਆ ਗਈ ਜੀ, ਵਖਰੇਵੇਂ ਹੋ ਗਏ, ਪਾਰਟੀਆਂ ਵੱਖ ਹੋ ਗਈਆਂ, ਦੋਨੋਂ ਆਪੋ ਆਪਣੇ ਥਾਵਾਂ ਤੇ ਨਿਭਦੇ ਰਹੇ ਜੀ। ਹੁਣ ਗੱਲ ਕਰੀਏ ਅਕਾਲੀਆਂ ਦੀ ਜੀ। ਇਹਨਾਂ ਦੀ ਘੱਟ ਅਕਲ, ਦੂਰ ਅੰਦੇਸ਼ੀ ਦੀ ਘਾਟ ਜੀ, ਤੇ ਨਾ ਅਹਿਲੀਅਤ ਕਰਕੇ ਪੰਜਾਬ ਦੇ 1966 ਵਿੱਚ ਇੱਕ ਵਾਰ ਫਿਰ ਤਿੰਨ ਟੋਟੇ ਹੋ ਗਏ ਜੀ। ਹਾਂਜੀ, ਬਿਲਕੁਲ। ਜਦੋਂ ਤਿੰਨ ਟੋਟੇ ਹੋਏ ਨਾ ਖੱਕ ਸਾਹਿਬ ਜੀ,
ਜਿਹੜਾ ਮੱਖਣ ਸੀ ਨਾ, ਜਿਵੇਂ ਦੁੱਧ ਰਿੜਕਦੇ ਹਾਂ ਅਸੀਂ, ਹਾਂਜੀ ਹਾਂਜੀ, ਪਹਿਲਾਂ ਮੱਖਣ ਨਿਕਲਦਾ ਤੇ ਫਿਰ ਘਿਓ ਕੱਢ ਲਈਦਾ ਜੀ, ਫਿਰ ਲੱਸੀ ਜੀ। ਜਿਹੜਾ ਮੱਖਣ ਤੇ ਘਿਓ ਸੀ ਨਾ, ਉਹ ਤੇ ਹਰਿਆਣੇ ਤੇ ਹਿਮਾਚਲ ਨੇ ਲੈ ਲਿਆ, ਤੇ ਜਿਹੜਾ ਬਾਕੀ ਉਹਨਾਂ ਨੇ ਮੰਗਿਆ ਕੁਝ ਨਹੀਂ ਸੀ, ਉਹਨਾਂ ਨੂੰ ਮੱਖਣ ਮਿਲ ਗਿਆ ਤੇ ਘਿਓ ਮਿਲ ਗਿਆ, ਤੇ ਜਿਹਨਾਂ ਨੇ ਮੰਗਿਆ ਸੀ ਉਹਨਾਂ ਦੇ ਹਿੱਸੇ ਛਾਛ ਆ ਗਈ। ਦੋਸਤੋ ਤੁਸੀਂ ਸੁਣ ਰਹੇ ਹੋ ਪ੍ਰਵਾਜ਼ ਰੇਡੀਓ, ਔਰ ਤੁਸੀਂ ਸੁਣ ਰਹੇ ਹੋ ਪੂਰੀਆਂ ਸੱਚੀਆਂ ਕਹਾਣੀਆਂ, ਜੇ ਸੋ ਸਾਹਿਬ ਨੇ ਖੁਦ ਵੀ ਉਹਨਾਂ ਦੇ ਨਾਲ ਜਿਹੜੇ ਹੈ ਆਪਣੇ ਆਪ ਨੂੰ ਜਿਹੜਾ ਉਹਨਾਂ ਯੋਧਿਆਂ ਦੀ ਗੱਲ ਕਰ ਰਹੇ ਹਾਂ ਉਹਨਾਂ ਦੇ ਨਾਲ ਇਹਨਾਂ ਨੇ ਇਹਨਾਂ ਦੀ ਵੀ ਮੁਲਾਕਾਤਾਂ ਹੁੰਦੀਆਂ ਰਹੀਆਂ। ਬੜੀ ਵੱਡੀ ਗੱਲ ਹੈ ਕਿ ਸਾਡੇ ਨਾਲ ਸੋ ਸਾਹਿਬ ਜੁੜੇ ਨੇ, ਜਿਹਨਾਂ ਕੋਲ ਟੋਟਲੀ ਹਰ ਚੀਜ਼ ਦੀ ਇਨਫੋਰਮੇਸ਼ਨ ਹੈ। ਇਹ ਜੋ ਅੱਜ ਅਸੀਂ ਮੁੱਦਾ ਲੈ ਕੇ ਆਏ ਹਾਂ, ਇਹ ਇੱਕ ਇੱਕ ਡਿਫਰੈਂਟ ਐਪ ਦਾ ਮੁੱਦਾ ਹੈਗਾ। ਇਹਦੇ ਬਾਰੇ ਨਾ ਤਾਂ ਕੋਈ ਗੱਲ ਕਰਦਾ ਹੈ, ਨਾ ਕਿਸੇ ਨੇ ਕੀਤੀ ਹੈ, ਬਹੁਤ ਘੱਟ ਉਹਨਾਂ ਦਾ ਜ਼ਿਕਰ ਹੋਇਆ। ਦਰਸ਼ਨ ਸਿੰਘ ਫੇਰੂਮਾਨ ਸਾਹਿਬ ਦਾ, ਸ਼ਹੀਦ ਦਰਸ਼ਨ ਸਿੰਘ ਫੇਰੂਮਾਨ, ਔਰ ਅੱਜ ਸੋ ਸਾਹਿਬ ਨੇ ਅੱਖਾਂ ਖੋਲ੍ਹਣ ਵਾਲੇ ਜਿਹੜੇ ਜੋ ਵੀ ਹੈਗੇ ਤੁਹਾਡੇ ਸਾਹਮਣੇ ਉਹ ਪੇਸ਼ ਕਰ ਰਹੇ ਜੀ ਸੋ ਸਾਹਿਬ। ਸੋਰੀ ਤੇ ਹੱਕ ਸਾਹਿਬ ਜੋ ਫਿਰ ਪੰਜਾਬ ਨੂੰ ਮਿਲਿਆ, ਉਹ ਇੱਕ ਲੰਗੜਾ ਨੁੱਲਾ ਅੰਨਾ ਟਿਕਾਣਾ ਜਿਹੜਾ ਹਿੱਸਾ ਸੀ ਨਾ, ਉਹ ਪੰਜਾਬ ਦੇ ਪੱਲੇ ਪੈ ਗਿਆ ਜੀ। ਜੀ ਕੁਰਬਾਨੀਆਂ ਅਸੀਂ ਕਰਨ ਵਾਲੇ, ਬਿਲਕੁਲ, ਤੇ ਮੱਖਣ ਘਿਓ ਖਾ ਗਿਆ, ਹੋਰ ਕੋਈ ਰਹਿੰਦਾ ਖੁੰਦਾ ਜਿਹੜਾ ਹਿੱਸਾ ਸੀ ਨਾ, ਉਹ ਸਾਡੇ ਪੱਲੇ ਪੈ ਗਿਆ ਜੀ। ਹੁਣ ਦੇਖੋ ਚੰਡੀਗੜ੍ਹ ਜਿਹੜਾ ਬਣਿਆ ਨਾ ਜੀ, ਖੱਕ ਸਾਹਿਬ ਜੀ, ਮੇਰੇ ਵੇਖਦਿਆਂ ਵੇਖਦਿਆਂ ਚੰਡੀਗੜ੍ਹ ਬਣਿਆ। ਹਾਂਜੀ, ਤੇ ਜਦੋਂ ਚੰਡੀਗੜ੍ਹ ਬਣਨਾ ਸੀ, ਉੱਥੇ ਸਾਰੇ ਪੰਜਾਬੀ ਜੱਟ ਰਹਿੰਦੇ ਸਨ, ਹਾਂਜੀ, ਮੋਸਟਲੀ ਸਿੱਖ ਸਨ ਜੀ। ਉਹਨਾਂ ਦੀਆਂ ਜ਼ਮੀਨਾਂ ਖਰੀਦ ਕੇ ਚੰਡੀਗੜ੍ਹ ਬਣਿਆ। ਹਾਂਜੀ, ਸਾਡੀਆਂ ਜ਼ਮੀਨਾਂ ਉੱਤੇ ਉਸਰਿਆ ਚੰਡੀਗੜ੍ਹ, ਉਹ ਕੌਣ ਲੈ ਗਿਆ? ਉਹ ਸੈਂਟਰ ਗੌਰਮੈਂਟ ਲੈ ਗਈ ਜੀ। ਉਹਨੂੰ ਬਣਾਤਾ ਉਹਨਾਂ ਨੇ ਯੂਟੀ, ਯੂਨੀਅਨ ਟੈਰੀਟਰੀ ਜੀ, ਕੇਂਦਰੀ ਇਲਾਕਾ, ਬਿਲਕੁਲ। ਉਹਦੇ ਵਿੱਚ ਸਾਨੂੰ ਦੇਖੋ ਕੀ ਘਾਟਾ ਪਿਆ, ਸਾਡੀਆਂ ਜ਼ਮੀਨਾਂ ਤੇ ਉਸਰਿਆ ਚੰਡੀਗੜ੍ਹ, ਬਿਲਕੁਲ। ਪੰਜਾਬ ਹਾਈ ਕੋਰਟ, ਭਾਖੜਾ ਡੈਮ ਜਿਹੜਾ ਦੁਨੀਆਂ ਦਾ ਸਭ ਤੋਂ ਵੱਡਾ ਡੈਮ ਸੀ ਜੀ, ਸੁਖਨਾ ਝੀਲ, ਹਾਂਜੀ, ਪੰਜਾਬ ਯੂਨੀਵਰਸਿਟੀ, PGIV ਵਰਗੀਆਂ ਹੋਰ ਅਨੇਕਾਂ ਇਮਾਰਤਾਂ ਉਹ ਕੇਂਦਰ ਸਰਕਾਰ ਨੇ ਆਪਣੇ ਕਬਜ਼ੇ ਹੇਠ ਲੈ ਲਈਆਂ। ਹਾਂਜੀ, ਫਿਰ ਜਿਹੜੇ ਪੰਜਾਬੀ ਬੋਲਦੇ ਇਲਾਕੇ ਸਨ ਨਾ ਜੀ, ਪਹਾੜੀ ਇਲਾਕੇ ਸਨ ਜੀ, ਸ਼ਿਮਲੇ ਵਿੱਚ 90% ਲੋਕਲ, ਸ਼ਿਮਲੇ ਦੀ ਮੈਂ ਗੱਲ ਕਰਦਾ ਜੀ, ਜੀ ਜੀ, 90% ਲੋਕ ਪੰਜਾਬੀ ਬੋਲਦੇ ਨੇ, ਬਿਲਕੁਲ। ਡਲਹੌਜ਼ੀ ਦਾ ਵੀ ਇਹੀ ਹਾਲ ਸੀ ਜੀ, ਉਹ ਵੀ ਖੋ ਕੇ ਸਾਨੂੰ ਸਾਡੇ ਕੋਲੋਂ ਹਿਮਾਚਲ ਨੂੰ ਦੇਤੇ। ਹਾਂਜੀ, ਹੁਣ ਅਕਾਲੀਆਂ ਨੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਖਾਤਰ ਮਰਨ ਵਰਤ ਰੱਖ ਲਏ। ਹਾਂਜੀ, ਪਹਿਲਾਂ ਮਾਸਟਰ ਤਾਰਾ ਸਿੰਘ ਨੇ, ਹਾਂਜੀ, ਇਹ ਗੱਲ ਮੈਂ ਪੁੱਛਣੀ ਸੀ ਤੁਹਾਡੇ ਕੋਲੋਂ, ਐਕਚੁਅਲੀ ਇਥੋਂ ਸਟਾਰਟ ਹੋਇਆ ਨਾ ਜੀ। ਫਿਰ ਸੰਤ ਫਤਿਹ ਸਿੰਘ ਨੇ ਜੀ, ਫਤਿਹ ਸਿੰਘ ਨੇ ਹੋਰ ਵੀ ਬੜਾ ਵੱਡਾ ਕੀਤਾ ਕੰਮ, ਉਹਨੇ ਮਰਨ ਵਰਤ ਹੀ ਨਹੀਂ ਰੱਖੇ, ਉਹਨੇ ਉਹ ਅਗਨ ਕੁੰਡ ਵੀ ਬਣਾ ਲਏ ਉੱਤੇ। ਹਾਂਜੀ, ਕਿ ਮੈਂ ਇੱਥੇ ਸੜ ਮਰਾਂਗਾ ਜੇ ਫਲਾਣੀ ਤਰੀਕ ਤੱਕ ਤੁਸੀਂ ਡਿਕਲੇਅਰ ਨਹੀਂ ਕਰਦੇ। ਹਾਂਜੀ, ਤੇ ਨਾਲ ਬੰਦੇ ਹੋਰ ਵੀ ਜਿਹੜੇ ਸਨ ਨਾ, ਹਰਚਰਨ ਸਿੰਘ ਹੁਡਿਆਰਾ ਤੇ ਉਹ ਮੋਹਨ ਸਿੰਘ ਤੁੜ ਜੀ, ਤੇ ਹੋਰ ਕੁਝ ਸਨ, ਮੈਨੂੰ ਨਾਂ ਨੀ ਸਾਰੇ ਯਾਦ, ਉਹਨਾਂ ਨੂੰ ਵੀ ਚੋਲੇ ਪਾ ਲਏ, ਉਹ ਰੰਗ ਬਿਰੰਗੇ ਪੀਲੇ ਜਾਏ ਕਿ ਅਸੀਂ ਵੀ ਨਾਲ ਹੀ ਸ਼ਹੀਦ ਹੋ ਜਾਣਾ। ਹਾਂਜੀ, ਅੱਛਾ, ਮੈਨੂੰ ਇੱਥੇ ਹੁਣ ਬੜੀ ਖੂਬਸੂਰਤ ਗੱਲ ਤੁਹਾਨੂੰ ਦੱਸਾਂ ਜੇ ਜੀ, ਮੈਨੂੰ ਇੱਕ ਦਿਨ ਮੈਂ ਗਿਆ ਸੰਤ ਫਤਿਹ ਸਿੰਘ ਨੂੰ ਮਿਲਣ ਵਾਸਤੇ, ਹਾਂਜੀ, ਤੇ ਉਹ ਕਹਿੰਦੇ ਜੀ ਆਓ ਜੀ ਤੁਹਾਨੂੰ ਦਿਖਾਵਾਂ ਮੈਂ ਅਗਨ ਕੁੰਡ ਬਣ ਗਏ ਉੱਤੇ। ਹਾਂਜੀ, ਉਹ ਮੈਂ ਤੁਰ ਪਿਆ ਜੀ ਨਾਲ ਉਹਨਾਂ ਦੇ, ਅਗਨ ਕੁੰਡ ਦਿਖਾ ਦਿੱਤੇ, ਤੇ ਮੈਂ ਕਿਹਾ ਸੰਤ ਜੀ ਤੁਹਾਨੂੰ ਇੱਕ ਗੱਲ ਸਾਇੰਸ ਦੀ ਮੈਂ ਦੱਸਦਾ ਜੀ, ਜਦੋਂ ਕਿਸੇ ਸਰੀਰ ਨੂੰ ਅੱਗ ਲੱਗਦੀ ਹੈ ਨਾ, ਤੁਸੀਂ ਜਿੰਨਾ ਮਰਜ਼ੀ ਰੋਕ ਲਵੋ, ਉਦੋਂ ਸਰੀਰ ਭੁੜਕਦਾ। ਹਾਂਜੀ, ਬਿਲਕੁਲ, ਕਿਉਂਕਿ ਜਿਉਂਦਾ ਬੰਦੇ ਨੂੰ ਅੱਗ ਲੱਗ ਜਾਏ, ਹਾਂਜੀ ਹਾਂਜੀ ਬਿਲਕੁਲ, ਉਹ ਭੁੜਕੇਗਾ, ਤੜਫੇਗਾ, ਜੋ ਵੀ, ਮਤਲਬ ਤੁਹਾਡੇ ਕੰਟਰੋਲ ਤੋਂ ਬਾਹਰ ਦੀ ਗੱਲ ਹੈ ਉਹ। ਹਾਂਜੀ, ਤੇ ਹੋ ਸਕਦਾ ਤੁਹਾਡਾ ਸਰੀਰ ਭੁੜਕ ਕੇ ਥੱਲੇ ਜਾ ਕੇ ਪਰਿਕਰਮਾ ਵਿੱਚ ਅਕਾਲ ਤਖ਼ਤ ਸਾਹਿਬ ਦੇ ਜਿਹੜਾ ਬਰਾਂਡਾ ਹੈਗਾ ਅੱਗੇ ਉੱਥੇ ਜਾ ਕੇ ਡਿੱਗ ਪਵੇ। ਹਾਂਜੀ, ਫਿਰ ਕੀ ਹੋਏਗਾ? ਕਹਿੰਦੇ ਗੱਲ ਤੇ ਤੁਹਾਡੀ ਠੀਕ ਹੈ, ਇਹਦਾ ਵੀ ਪ੍ਰਬੰਧ ਕਰ ਲਾਂਗੇ। ਮੈਂ ਕੁਝ ਹਫ਼ਤਿਆਂ ਤੋਂ ਬਾਅਦ ਫਿਰ ਗਿਆ ਜੀ, ਕਹਿੰਦੇ ਆਓ ਤੁਹਾਨੂੰ ਫਿਰ ਮੈਂ ਦਿਖਾਵਾਂ ਅਗਨ ਕੁੰਡ ਆਪਣਾ ਜੀ। ਫਿਰ ਮੈਂ ਗਿਆ ਜੀ ਅਗਨ ਕੁੰਡ ਤੇ, ਉੱਥੇ ਕਹਿੰਦੇ ਜੀ ਮੈਂ ਸੰਗਲ ਲਾ ਲੈਣੇ, ਇੱਥੇ ਸੰਗਲ ਲਾ ਲੈ ਬਾਹਰ, ਸੰਗਲ ਲਾ ਲੈਣੇ, ਮਤਲਬ ਮੈਂ ਆਪਣੇ ਨੂੰ ਸੰਗਲਾਂ ਨਾਲ ਬੰਨ ਲਵਾਂਗਾ
ਤੇ ਹੁਣ ਤੇ ਮੇਰੀ ਬਾਡੀ ਉੱਡ ਕੇ ਨਹੀਂ ਜਾਏਗੀ, ਉੱਡੇਗੀ ਵੀ ਤੇ ਸੰਗਲਾਂ ਨਾਲ ਬੱਝੀ ਰਹੇਗੀ ਜੀ। ਮੈਂ ਕਿਹਾ ਜੀ ਠੀਕ ਹੈ। ਉਸ ਤੋਂ ਬਾਅਦ ਜਿਉਂ ਜਿਉਂ ਖੱਕ ਸਾਹਿਬ ਸਮਾਂ ਨੇੜੇ ਆਉਂਦਾ ਗਿਆ, ਹਾਂਜੀ, ਦਿਲ ਦੀ ਧੜਕਣ ਵਧਦੀ ਗਈ। ਬਿਲਕੁਲ ਡਰਾ ਪੈ ਗਿਆ ਨਾ ਕਿ ਸੰਗਲਾਂ ਬੱਝੀ ਆ, ਅੱਗ ਲੱਗਣੀ ਆ, ਉਹ ਦਿਮਾਗ ਥੋੜਾ ਜਿਹਾ ਡਿਫਰੈਂਟ ਹੋ ਗਿਆ ਨਾ ਜੀ। ਜਿਉਂ ਜਿਉਂ ਮੌਤ ਨੇੜੇ ਦਿਸਣ ਲੱਗ ਪਈ ਜੀ, ਤਿਉਂ ਤਿਉਂ ਕਾਂਬਾ ਵਧਣ ਲੱਗ ਪਿਆ। ਬਿਲਕੁਲ। ਅੱਛਾ, ਇੱਥੇ ਮੈਂ ਗੱਲ ਖੱਕ ਸਾਹਿਬ ਇਹਨੂੰ ਇੱਥੇ ਰੋਕ ਕੇ ਗੱਲ ਹੋਰ ਵੀ ਦੱਸਦਾ ਜੀ ਤੁਹਾਨੂੰ ਮੈਂ। ਜੀ ਜੀ ਬਿਲਕੁਲ। ਇਹ ਤੁਹਾਨੂੰ ਪਤਾ ਪੱਤਰਕਾਰਾਂ ਦੀਆਂ ਆਪਣਾ ਹੁੰਦੇ ਨੇ ਜੀ ਕਾਫੀ ਸੋਰਸਿਸ ਜੀ। ਜਦੋਂ ਉਹਨਾਂ ਨੇ ਰੱਖਿਆ ਨਾ ਵਰਤ, ਪਹਿਲਾਂ ਉਹ ਵਰਤ ਰੱਖਦੇ ਸਨ ਮੰਜੀ ਸਾਹਿਬ ਦੇ ਦੀਵਾਨ ਅਸਥਾਨ ਤੇ ਜੀ। ਬਾਅਦ ਵਿੱਚ ਰੱਖਿਆ ਵਰਤ, ਉਹਨਾਂ ਨੇ ਮਰਨ ਵਰਤ ਰੱਖਿਆ ਅਕਾਲ ਤਖ਼ਤ ਸਾਹਿਬ ਦੇ ਨਾਲ ਇੱਕ ਲੱਗਦੀ ਇਮਾਰਤ ਵਿੱਚ, ਹਾਂਜੀ, ਜਿਹਨੂੰ ਬੂੰਗਾ ਕਹਿੰਦੇ ਨੇ, ਹਾਂਜੀ, ਰਿਹਾਇਸ਼ੀ ਬੂੰਗਾ ਜੀ। ਤੇ ਜਦੋਂ ਰੱਖਿਆ ਸੀ ਵਰਤ ਪਹਿਲਾਂ ਮੰਜੀ ਸਾਹਿਬ ਦੇ ਦੀਵਾਨ ਅਸਥਾਨ ਤੇ ਜੀ, ਉਦੋਂ ਹਰ ਘੜੀ 15-20 ਮਿੰਟਾਂ ਤੋਂ ਬਾਅਦ ਇੱਕ ਨਿਊਜ਼ ਬੁਲੇਟਿਨ ਉਹ ਸਾਰੇ ਦੂਰ ਦੂਰ ਤੱਕ ਸੁਣਾਇਆ ਜਾਂਦਾ ਸੀ। ਉਹਦੇ ਸਪੀਕਰ ਲਾਏ ਹੋਏ ਸਨ ਬਾਬਾ ਜਿਹੜਾ ਅਟਲ ਰਹਿਣ ਦਾ ਗੁਰਦੁਆਰਾ ਉਹਦੇ ਉੱਤੇ ਵੀ, ਹਾਂਜੀ, ਹੋਰ ਥਾਵਾਂ ਉੱਤੇ ਵੀ, ਤਾਂ ਕਿ ਲੋਕਾਂ ਨੂੰ ਸੁਣਾਇਆ ਜਾਵੇ ਜੀ ਫਤਿਹ ਸਿੰਘ ਦਾ ਜਾਂ ਮਾਸਟਰ ਤਾਰਾ ਸਿੰਘ ਦਾ ਇੰਨਾ ਭਾਰ ਘੱਟ ਗਿਆ, ਦਿਲ ਦੀ ਧੜਕਣ ਇੰਨੀ ਹੋ ਗਈ ਹੈ। ਜੋ ਜੋ ਉਹਦੀ ਹਾਲਾਤ ਹੁੰਦੇ ਸਨ ਨਾ, ਉਹਦਾ ਡਾਕਟਰਾਂ ਦੀ ਰਿਪੋਰਟ ਸਾਰੀ ਸੁਣਾਈ ਜਾਂਦੀ ਸੀ, ਹੈਲਥ ਬੁਲੇਟਿਨ ਦੱਸਿਆ ਜਾਂਦਾ ਸੀ ਲੋਕਾਂ ਨੂੰ ਜੀ। ਤੇ ਮੈਨੂੰ ਸੂਤਰਾਂ ਤੋਂ ਪਤਾ ਇਹ ਲੱਗਾ, ਸੂਤਰ ਕਿਹੜੇ ਸਨ ਜੀ? CBI ਦੇ। ਅੱਛਾ ਜੀ। CBI ਦਾ ਮਤਲਬ ਹੈ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਜੀ, ਜਿਹੜੀ ਇੱਥੋਂ ਦੀ FBI ਦੇ ਮੁਕਾਬਲੇ ਮਤਲਬ ਇਕੁਇਵਲੈਂਟ ਹੈਗੀ ਹੈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਤੇ ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ ਜੀ। CBI ਇੰਡੀਆ ਦੀ ਹੈ ਤੇ FBI ਅਮਰੀਕਾ ਦੀ ਹੈ। ਬਿਲਕੁਲ। CBI ਦੇ ਸੋਰਸਿਸ ਦੇ ਰਾਹੀਂ ਮੈਨੂੰ ਇਹ ਪਤਾ ਲੱਗਦਾ ਰਿਹਾ ਕਿ ਉਹ ਅੰਦਰ ਤੇ ਆਪਣਾ ਮਰਨ ਵਰਤ ਰੱਖਿਆ ਹੋਇਆ ਸੀ, ਪਰ ਨਾਲ ਕੜਾਹ ਪ੍ਰਸ਼ਾਦ ਵੀ ਛਕਦੇ ਰਹਿੰਦੇ ਸਨ। ਅੱਛਾ ਜੀ। ਹਾਂ, ਇਹ ਮੇਰੀ ਰਿਪੋਰਟ ਨਹੀਂ ਹੈ, CBI ਦੇ ਜਿਹੜੇ ਅੰਦਰ ਹੈਗੇ ਸਨ ਉਹਨਾਂ ਦੱਸਿਆ। ਔਰ ਅੰਦਰ ਤੁਸੀਂ ਹੁਣ ਹੋਰ ਹੈਰਾਨ ਹੋਵੋਗੇ, ਜਿਹੜੇ ਲੋਕ ਅੰਦਰ ਬੈਠੇ ਮੁੱਠੀ ਚਾਪੀ ਕਰਦੇ ਸਨ, ਚਾਹੇ ਮਾਸਟਰ ਤਾਰਾ ਸਿੰਘ ਦੀ ਕਰਦੇ ਸਨ ਤੇ ਚਾਹੇ ਮਾਸਟਰ ਫਤਿਹ ਸਿੰਘ ਦੀ ਮਾਲਿਸ਼ ਕਰਨ ਵਾਲੇ ਸਨ ਜਾਂ ਕੁੱਟਣ ਨੱਪਣ ਵਾਲੇ ਸਨ, ਉਹਨਾਂ ਵਿੱਚ CBI ਦੇ ਬੰਦੇ ਸਨ ਜੀ ਬੈਠੇ ਹੋਏ। ਉਹ ਹੁੰਦਾ ਜੀ, ਹਮੇਸ਼ਾ ਕਰਦੇ ਆ ਫਿੱਟ ਬੰਦੇ ਜੀ। ਉਹਨਾਂ ਰਾਹੀਂ ਇਹ ਗੱਲ ਬਾਹਰ ਨਿਕਲੀ ਸੀ ਜੀ। ਇਹ ਮਤਲਬ ਖਬਰ ਅਸੀਂ ਬਾਹਰ ਕੱਢੀ ਨਹੀਂ, ਪਰ ਇਹ ਹਕੀਕਤ ਹੈ ਜੀ। ਹਕੀਕਤ ਇਹ ਸੀ ਜੀ, ਇਹ 100% ਦੀ ਹਕੀਕਤ ਹੈ। ਇਹ ਮਰਨ ਵਰਤ ਨਹੀਂ ਸੀ, ਡਰਾਮਾ ਸੀ। ਬਿਲਕੁਲ ਜੀ ਜੀ। ਚਲੋ ਐਨੀਵੇ, ਅੱਖਾਂ 'ਚ ਘੱਟਾ ਪਾਇਆ, ਉਹ ਵਕਤ ਲੰਘ ਗਿਆ। ਫਿਰ ਮੈਂ ਹੁਣ ਵਾਪਸ ਆ ਜਾਂਦਾ ਜਿੱਥੇ ਉਹ ਫਤਿਹ ਸਿੰਘ ਦਾ ਮਰਨ ਵਰਤ ਰੱਖਣਾ ਤੇ ਅੱਗ 'ਚ ਸੜ ਮਰਨਾ ਜੀ, ਅਗਨ ਕੁੰਡ ਵਿੱਚ ਸੜ ਮਰਨਾ, ਆਪਾਂ ਅੰਗਰੇਜ਼ੀ ਕਹਿੰਦੇ ਹਾਂ ਸੈਲਫ ਇਮੋਲੇਸ਼ਨ ਕਰਨੀ ਜੀ। ਬਿਲਕੁਲ, ਸੈਲਫ ਇਮੋਲੇਟ ਕਰਨਾ ਆਪਣੇ ਆਪ ਨੂੰ। ਉਹ ਸਾਰਾ ਵੀ ਜਿਹੜਾ ਪਖੰਡ ਸੀ ਨਾ ਜੀ, ਜਿਉਂ ਜਿਉਂ ਦਿਨ ਨੇੜੇ ਆਉਂਦੇ ਗਏ, ਦਿਲ ਦੀ ਧੜਕਣ ਵਧਣੀ ਸ਼ੁਰੂ ਹੋ ਗਈ। ਫਿਰ ਹੁਣ ਹਾਲ ਪਾਰਿਆ ਕੀਤੀ ਗਈ ਕਿ ਮੈਨੂੰ ਬਚਾਇਆ ਕਿਵੇਂ ਜਾਵੇ। ਉਧਰੋਂ ਤਾਰਾਂ ਖੜਕੀਆਂ ਜੀ ਦਿੱਲੀ ਵਿੱਚ ਸਰਦਾਰ ਹੁਕਮ ਸਿੰਘ ਦੀਆਂ। ਹੁਕਮ ਸਿੰਘ ਸਪੀਕਰ ਹੁੰਦੇ ਸਨ ਜੀ ਲੋਕ ਸਭਾ ਦੇ, ਪਹਿਲੇ ਸਿੱਖ ਸਪੀਕਰ। ਔਰ ਜਦੋਂ ਉਹ ਸਿੱਖ ਸਪੀਕਰ ਸਨ, ਉਹਨਾਂ ਦਿਨਾਂ ਵਿੱਚ ਉਹ ਪਹਿਲਾਂ ਉਹ ਅਕਾਲੀ ਹੁੰਦੇ ਸਨ ਜੀ, ਬਾਅਦ ਵਿੱਚ ਉਹ ਫਿਰ ਜਦੋਂ ਉਹਨਾਂ ਨੇ ਸਪੀਕਰ ਬਣਾ ਦਿੱਤਾ ਨਹਿਰੂ ਨੇ, ਤੇ ਸਪੀਕਰ ਨਿਊਟਰਲ ਹੁੰਦਾ, ਉਹਨਾਂ ਨੂੰ ਪਾਰਟੀ ਤੋਂ ਰਿਜ਼ਾਈਨ ਕਰਨਾ ਪੈਂਦਾ। ਹਾਂਜੀ। ਤੇ ਸਪੀਕਰ ਕਿਉਂਕਿ ਅਕਾਲੀਆਂ ਦਾ ਰਿਹਾ ਸੀ, ਉਹਨਾਂ ਦੀਆਂ ਤਾਰਾਂ ਅਕਾਲੀਆਂ ਦੇ ਅੰਦਰ ਹੈਗੀਆਂ ਸਨ ਜੀ, ਅਕਾਲੀਆਂ ਦੇ ਵਾਸਤੇ ਉਹਨਾਂ ਦੀ ਸੌਫਟ ਕਾਰਨਰ ਵੀ ਸੀ ਜੀ। ਉਹਨਾਂ ਨੂੰ ਸਪੈਸ਼ਲ ਜਹਾਜ਼ ਉੱਥੋਂ ਉੱਡਿਆ ਤੇ ਇਹ ਪ੍ਰਚਾਰ ਕਰ ਦਿੱਤਾ ਗਿਆ ਜੀ, ਬਾਹਰ ਪ੍ਰਾਪੇਗੰਡਾ ਕਰ ਦਿੱਤਾ ਗਿਆ ਸਾਧ ਟੋਲੇ ਵੱਲੋਂ ਕਿ ਹੁਕਮ ਸਿੰਘ ਸਪੈਸ਼ਲੀ ਇੰਦਰਾ ਦਾ ਸੁਨੇਹਾ ਲੈ ਕੇ ਆ ਰਿਹਾ ਤੇ ਸਮਝੌਤੇ ਦੀ ਗੱਲ ਹੋ ਗਈ ਹੈ ਤੇ ਉਹ ਮਰਨ ਵਰਤ ਤੁੜਾਉਣ ਵਾਸਤੇ ਆ ਰਿਹਾ ਹੁਣ। ਅੱਛਾ ਜੀ। ਉਹਨੇ ਜੀ ਆ ਕੇ ਮਰਨ ਵਰਤ ਛੁਡਵਾ ਦਿੱਤਾ ਤੇ ਫਤਿਹ ਸਿੰਘ ਦੀ ਜਾਨ ਬਚ ਗਈ। ਜਾਨ ਬਚ ਗਈ।
ਤੇ ਥੱਲੇ ਇੱਕ ਸ਼੍ਰੋਮਣੀ ਕਮੇਟੀ ਦਾ ਮੈਂਬਰ ਹੁੰਦਾ ਸੀ ਚੁਣਿਆ ਹੋਇਆ ਅੰਮ੍ਰਿਤਸਰ ਸ਼ਹਿਰੀ ਹਲਕੇ ਤੋਂ, ਮੇਰਾ ਦੋਸਤ ਵੀ ਸੀ ਜਿਹਦਾ ਨਾਮ ਪੂਰਨ ਸਿੰਘ ਜੋਸ਼ ਹੈ, ਜੀ ਹੁਣ ਦੁਨੀਆਂ 'ਚ ਹੈ ਨਹੀਂ। ਉਹ ਬੜਾ ਗਰਮ ਮਿਜਾਜ ਸੀ ਵੈਸੇ, ਉਹਨੇ ਕਿਰਪਾਨ ਵੀ ਚਲਾਈ ਥੱਲੇ ਟੀਵੀ ਜੀ ਅਕਾਲ ਤਖ਼ਤ ਦੇ ਬਾਹਰ ਗੁੱਸੇ ਜਾ ਕੇ ਕਿ ਇਹ ਕੀ ਇਹਨੇ ਪਖੰਡ ਕੀਤਾ ਹੈ। ਸਾਧ ਫਤਿਹ ਸਿੰਘ ਨੇ ਪਹਿਲਾਂ ਮਰਨਵਤ ਦਾ ਪਖੰਡ ਕਰਦਾ, ਲੋਕਾਂ ਨੂੰ ਮਗਰ ਲਾ ਲੈਂਦਾ, ਲੋਕ ਜੇਲ੍ਹਾਂ ਚਲੇ ਜਾਂਦੇ ਨੇ, ਕਈ ਮਰ ਜਾਂਦੇ ਨੇ, ਕਈਆਂ ਨੂੰ ਕਿੰਨਾ ਨੁਕਸਾਨ ਹੁੰਦਾ ਹੈ, ਤੇ ਫਿਰ ਤੁਸੀਂ ਅਖੀਰ ਤੇ ਡਰਾਮਾ ਠੁੱਸ ਕਰ ਦਿੰਦੇ ਹੋ। ਤੇ ਇਸ ਕਰਕੇ ਉਹਨੇ ਗੁੱਸੇ ਜਾ ਕੇ ਥੱਲੇ ਉਹ ਕਿਰਪਾਨ ਕੱਢ ਲਈ ਜੀ ਮਿਆਨ ਵਿੱਚੋਂ ਬਾਹਰ। ਅੱਛਾ ਜੀ। ਖੈਰ ਹੀ ਵਾਜ਼ ਓਵਰ ਪਾਵਰਡ, ਉੱਥੇ ਉਹਨੂੰ ਜੇਲ੍ਹ 'ਚ ਪਾ ਦਿੱਤਾ, ਉੱਥੇ ਕੇਸ ਵੀ ਚੱਲਿਆ, ਪਰ ਉਹਦਾ ਵਰਤ ਹਰ ਜੀ ਟੁੱਟ ਗਿਆ ਜੀ। ਉਹ ਫਿਰ ਰੌਲਾ ਇਹੀ ਪਿਆ ਰਿਹਾ ਕਈ ਮਹੀਨੇ ਕਿ ਇਹ ਵਰਤ ਹੁਕਮ ਸਿੰਘ ਨੇ ਤੁੜਵਾਇਆ, ਤੇ ਮੁੜ ਕੇ ਇਹ ਇਲਜ਼ਾਮ ਵੀ ਲੱਗ ਗਿਆ ਕਿ ਹੁਕਮ ਸਿੰਘ ਨੇ ਧੋਖਾ ਦਿੱਤਾ। ਜਦੋਂ ਇਹ ਅੱਤ ਹੋ ਗਈ ਨਾ, ਜੀ ਫਿਰ ਹੁਕਮ ਸਿੰਘ ਸਪੀਕਰ ਨੇ ਇੱਕ ਆਰਟੀਕਲ ਲਿਖਿਆ ਜਿਹੜਾ ਇੰਡੀਅਨ ਐਕਸਪ੍ਰੈਸ ਦੇ ਵਿੱਚ ਪੂਰੇ ਸਫ਼ੇ ਵੱਡੇ ਸਫ਼ੇ ਦਾ ਜੀ ਇਹ ਛਪਿਆ ਜੀ। ਹਾਂਜੀ। ਇਹ ਮੇਰਾ ਅੰਦਾਜ਼ਾ ਹੈ ਕਿ 1982 ਜਾਂ 83 ਚ ਇਹ ਆਰਟੀਕਲ ਛਪਿਆ ਹੈ। ਜੀ। ਜਦੋਂ ਉਹ ਆਰਟੀਕਲ ਛਪਿਆ ਹੈ, ਉਹਦੇ ਵਿੱਚ ਉਹਨਾਂ ਨੇ ਆਪਣੀ ਪੋਜੀਸ਼ਨ ਨੂੰ ਪੂਰਾ ਸਪਸ਼ਟ ਕੀਤਾ ਹੈ ਕਿ ਕਿਵੇਂ ਇਹ ਲੜੀਆਂ ਲੈਣ ਲੱਗ ਪਏ ਸਨ ਜਾਨ ਕਿ ਮੇਰਾ ਹਾਂ ਜਾਨ ਬਚਾਉਣ ਲਈ, ਤੇ ਮੈਨੂੰ ਫਿਰ ਕਿਵੇਂ ਉੱਥੋਂ ਜਹਾਜ਼ ਲੈ ਕੇ ਆਉਣਾ ਪਿਆ ਇਹਨਾਂ ਦਾ ਭਲਾ ਕਰਨ ਵਾਸਤੇ ਇਹਨਾਂ ਦੀ ਰਿਕੁਐਸਟ ਉੱਤੇ। ਹਾਂ ਬਿਲਕੁਲ, ਰੜਾ ਮਿਲਿਆ ਕੰਮ, ਮਤਲਬ ਮੈਨੂੰ ਨਾ ਦੋਸ਼ ਦਿਓ, ਦੋਸ਼ ਤੁਸੀਂ ਆਪਣੇ ਅੰਦਰ ਝਾਤ ਮਾਰੋ ਕਿ ਤੁਹਾਨੂੰ ਕੀ ਅੰਦਰ ਅੱਗ ਲੱਗੀ ਹੋਈ ਸੀ। ਸੋ ਇਹ ਇੱਕ ਹਕੀਕਤ ਹੈ ਜੀ ਇਹਨਾਂ ਦੀ ਸਾਧਨਾ ਦੀ। ਬਿਲਕੁਲ। ਅੱਛਾ ਹੁਣ ਮੈਂ ਖਾਕ ਸਾਹਿਬ ਵਾਪਸ ਆਉਂਦਾ ਜੇ ਜੀ ਇਹ ਫੇਰੂ ਮਾਨ ਸਾਹਿਬ ਵੱਲ, ਜੇ ਮੈਨੂੰ ਇੱਕ ਮਿੰਟ ਦੀ ਇਜਾਜ਼ਤ ਦਿਓ ਤਾਂ ਮੈਂ ਲਾਈਟ ਆਨ ਕਰ ਲਵਾਂ, ਮੇਰੇ ਨਾ ਹੁਣ ਅੰਦਰ ਹਨੇਰਾ ਤੇ ਜੀ 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 ਮੈਂ ਥੋੜਾ ਜਿਹਾ ਜੀ ਨਾ ਲਿਓ ਇੱਕ ਸੈਕਿੰਡ ਜੀ ਮੈਨੂੰ ਦੇਣਾ। ਦੋਸਤੋ ਤੁਸੀਂ ਸੁਣ ਰਹੇ ਹੋ ਪਰਮਿੰਦਰ ਸਿੰਘ ਸਰੋਜ ਸਾਹਿਬ ਕੋਲੋਂ, ਦੇਖੋ ਕਿੰਨੀ ਉਹਨਾਂ ਕੋਲ ਜਾਣਕਾਰੀ ਹੈ, ਉਹ ਖੁਦ ਵੀ ਇਹਦੇ 'ਚ ਇਨਵੋਲਵ ਰਹੇ ਹੈ ਔਰ ਬਹੁਤ ਵੱਡੀ ਜਾਣਕਾਰੀ ਉਹਨਾਂ ਦੇ ਕੋਲ ਹੈ ਜਿਹੜੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਅਤੇ ਇੱਕ ਦੇਖੋ ਇੱਕ ਹਿਸਟਰੀ ਬਣੀ ਹੋਈ ਹੈ ਉਹਦੇ ਬਾਰੇ, ਅੱਜ ਉਹਨਾਂ ਕੋਲ ਪੂਰੀ ਦੀ ਪੂਰੀ ਇਨਫੋਰਮੇਸ਼ਨ ਹੈ। ਸੋ ਸਾਹਿਬ ਕੋਈ ਨਹੀਂ, ਸੋ ਸਾਹਿਬ ਕੋਲ ਜਿਹੜੀ ਮਰਜ਼ੀ ਇਨਫੋਰਮੇਸ਼ਨ ਲੈ ਲਓ ਉਹਨਾਂ ਕੋਲ ਹੈਗੀਆਂ ਸਾਰੀਆਂ। ਉਹ ਬਹੁਤ ਉਹਨਾਂ ਨੇ ਬੜਾ ਕੰਮ ਕੀਤਾ ਇਹਨਾਂ ਦੇ ਉੱਪਰ ਔਰ ਮੈਂ ਉਹਨਾਂ ਦਾ ਬਹੁਤ ਰਿਣੀ ਹਾਂ ਕਿ ਉਹ ਸਾਡੇ ਨਾਲ ਜੁੜਦੇ ਨੇ ਜੀ। ਸੋ ਸਾਹਿਬ ਹਾਂਜੀ, ਇਹ ਫਿਰ ਜਦੋਂ ਜੀ ਇਹਨਾਂ ਨੇ ਮਤਲਬ ਜਿਹੜੇ ਪਖੰਡ ਤੁਹਾਨੂੰ ਦੱਸਿਆ ਜਿਹੜੇ ਕੀਤੇ ਨੇ, ਰਾਹ ਲੱਭਣ ਲੱਗ ਪਏ, ਤਰਲੋ ਮੱਛੀ ਹੋਣ ਲੱਗ ਪਏ ਜੀ, ਤੇ ਆਖਿਰ ਇਹਨਾਂ ਨੇ ਜੋ ਕੀਤਾ ਤੁਹਾਨੂੰ ਮੈਂ ਦੱਸ ਦਿੱਤਾ ਜੀ। ਜੀ ਬਿਲਕੁਲ ਬਿਲਕੁਲ। ਹੁਣ ਵਾਪਸ ਆਉਂਦਾ ਵਾ ਮੈਂ ਜੀ ਇਹ ਆਪਣਾ ਫੇਰੂ ਮਾਨ ਸਾਹਿਬ ਵੱਲ। ਹਾਂਜੀ। ਉਹਨਾਂ ਨੇ ਫਿਰ ਜਦੋਂ ਇਹ ਸੋਚਿਆ ਨਾ ਕਿ ਫੇਰੂ ਮਾਨ ਸਾਹਿਬ ਨੇ ਕਿ ਇਹ ਸਾਰੇ ਭਗੌੜੇ ਹੋ ਗਏ ਨੇ ਜੀ, ਮਸਤ ਤਾਰਾ ਸਿੰਘ ਵੀ ਤੇ ਫਤਿਹ ਸਿੰਘ ਵੀ ਤੇ ਉਹਨਾਂ ਦਾ ਲਾਣਾ ਵੀ ਸਾਰਾ ਜੀ ਲੋਕਾਂ ਨੂੰ ਧੋਖਾ ਦਿੰਦੇ ਰਹੇ ਨੇ ਜੀ, ਤੇ ਜਸਦਾਰ ਫੇਰੂ ਮਾਨ ਸਾਹਿਬ ਨੇ ਅਕਾਲ ਤਖ਼ਤ ਸਾਹਿਬ ਤੇ ਆ ਕੇ ਅਰਦਾਸ ਕੀਤੀ ਜੀ। ਜੀ ਅਰਦਾਸ ਕਰਕੇ ਫਿਰ ਉਹਨਾਂ ਨੇ ਕਿਹਾ ਕਿ ਮੈਂ ਮਰਨ ਵਰਤ ਰੱਖਾਂਗਾ। ਹਾਂਜੀ। ਹੁਣ ਇੱਥੇ ਲਫ਼ਜ਼ ਇੱਕ ਬੜਾ ਖੂਬਸੂਰਤ ਵਰਤਣ ਲੱਗਾ ਜੀ ਮੈਂ ਜੀ, ਜਿਹੜਾ ਲਫ਼ਜ਼ ਮਸਤ ਤਾਰਾ ਸਿੰਘ ਨੇ ਵਰਤਿਆ ਹਾਂਜੀ ਤੇ ਫਤਿਹ ਸਿੰਘ ਨੇ ਵਰਤਿਆ ਹਾਂਜੀ, ਔਰ ਪੁਰਾਣੇ ਅਖ਼ਬਾਰਾਂ ਦੀਆਂ ਤੁਸੀਂ ਜੇ ਰਿਪੋਰਟਾਂ ਕੱਢੋਗੇ ਨਾ ਉਹ 'ਚ ਲਿਖਿਆ ਸੀ ਅਸੀਂ ਪ੍ਰਣ ਕੀਤਾ। ਹਾਂਜੀ। ਹੁਣ ਪ੍ਰਣ ਦਾ ਮਹਿਣਾ ਨਾ ਤੇ ਮਸਤ ਤਾਰਾ ਸਿੰਘ ਨੂੰ ਆਉਂਦਾ ਸੀ ਤੇ ਨਾ ਫਤਿਹ ਸਿੰਘ ਨੂੰ ਆਉਂਦਾ ਸੀ ਜੀ। ਬਿਲਕੁਲ। ਮੈਂ ਪ੍ਰਣ ਦਾ ਮਹਿਣਾ ਅੱਜ ਸਪਸ਼ਟ ਕਰਨ ਲੱਗਾ ਵਾਂ ਤੁਹਾਡੇ ਸਰੋਤਿਆਂ ਵਾਸਤੇ ਜੀ। ਜੀ ਪ੍ਰਣ ਨੂੰ ਅਸੀਂ ਆਮ ਤੌਰ ਤੇ ਹਮੇਸ਼ਾ ਹੀ ਲਿਆ ਜਿਵੇਂ ਵਾਅਦਾ ਕਰ ਲਿਆ ਜੀ, ਇਕਰਾਰ ਕਰ ਲਿਆ ਜੀ ਗੁਰੂ ਦੇ ਅੱਗੇ ਖਲੋ ਕੇ। ਬਿਲਕੁਲ। ਪ੍ਰਣ ਦਾ ਮਹਿਣਾ ਇਹ ਨਹੀਂ ਖੱਕ ਸਾਹਿਬ ਜੀ, ਪ੍ਰਣ ਦਾ ਮਹਿਣਾ ਜਿਹੜਾ ਕਿ ਪ੍ਰਾਣਾ ਤੱਕ ਨਿਭਾਇਆ ਜਾਵੇ। ਹਾਂਜੀ ਅਸਲੀ ਹੈ, ਬਿਲਕੁਲ ਸਹੀ ਕਹਿ ਰਹੇ। ਤੇ ਫੇਰੂ ਮਾਨ ਸਾਹਿਬ ਨੇ ਪ੍ਰਣ, ਕਿਉਂਕਿ ਉਹਨਾਂ ਨੂੰ ਗੁਰਸਿੱਖੀ ਪੁਰਾਣੀ ਗੁਰਸਿੱਖ ਸਨ, ਉਹ ਜੀ ਅੰਮ੍ਰਿਤਧਾਰੀ ਸਨ, ਉਹਨਾਂ ਨੂੰ ਪ੍ਰਣ ਦਾ ਮਹਿਣਾ ਆਉਂਦਾ ਸੀ। ਬਿਲਕੁਲ। ਇਹਨਾਂ ਨੂੰ ਪ੍ਰਣ ਦਾ ਮਹਿਣਾ ਨਹੀਂ ਸੀ ਪਤਾ, ਇਹਨਾਂ ਦਾ ਪ੍ਰਣ ਦਾ ਮਹਿਣਾ ਹੈਗਾ ਜਿਵੇਂ ਕਿਸੇ ਨਾਲ ਹੱਥ ਮਿਲਾ ਕੇ ਇਕਰਾਰ ਕਰ ਲਿਆ ਜੀ, ਵਾਅਦਾ ਕਰ ਲਿਆ। ਹਾਂਜੀ। ਤੇ ਉਹ ਵਾਅਦਾ ਖਿਲਾਫੀ ਹੋ ਗਈ। ਬਿਲਕੁਲ।
ਪਰ ਜਿਹੜਾ ਗੁਰੂ ਨਾਲ ਪ੍ਰਣਾ ਨਾ, ਉਹ ਤੇ ਪ੍ਰਾਣਾ ਨਾਲ ਪ੍ਰਾਣਾ ਤੱਕ ਨਿਭਾਇਆ ਜਾਂਦਾ ਹੈ, ਬਿਲਕੁਲ ਆਖਰੀ ਸਾਹ ਤੱਕ ਨਿਭਾਇਆ ਜਾਂਦਾ ਹੈ, ਜੀ ਉਹ ਪ੍ਰਣ ਹੁੰਦਾ ਜੀ। ਜੀ ਬਿਲਕੁਲ ਸਹੀ ਉਹ ਕਹਿ, ਉਹ ਤੋਂ ਫਿਰ ਬੰਦਾ ਡੋਲਦਾ ਨਹੀਂ ਜੀ ਨਾ ਹੀ ਭਜਦਾ। ਹਾਂਜੀ ਤੇ ਫਿਰ ਜਦੋਂ ਉਹਨਾਂ ਨੇ ਪ੍ਰਣ ਕਰ ਲਿਆ ਤੇ ਪੁਲਿਸ ਨੇ ਉਹਨਾਂ ਨੂੰ 12 ਅਗਸਤ ਨੂੰ ਇਹ ਫੇਰੂ ਮਨਸ ਨੂੰ ਗ੍ਰਿਫਤਾਰ ਕਰ ਲਿਆ। ਹਾਂਜੀ ਗ੍ਰਿਫਤਾਰ ਕਰਨ ਤੋਂ ਬਾਅਦ ਉਹਨਾਂ ਨੇ 15 ਅਗਸਤ ਨੂੰ ਜੇਲ ਦੇ ਅੰਦਰ ਹੀ ਵਰਤ ਰੱਖ ਲਿਆ, ਬਿਲਕੁਲ ਅੰਮ੍ਰਿਤਸਰ ਜੇਲ ਚ। ਹਾਂਜੀ ਜੀ ਫਿਰ ਹਾਲਤ ਵਿਗੜਦੀ ਗਈ। ਹਾਂਜੀ ਤੇ 27 ਅਗਸਤ ਨੂੰ ਉਹਨਾਂ ਨੂੰ ਫਿਰ ਹਸਪਤਾਲ ਦਾਖਲ ਕਰਾਇਆ ਗਿਆ। ਜਦੋਂ ਹਸਪਤਾਲ ਦਾਖਲ ਕਰਾਇਆ ਗਿਆ ਉਹ ਕਾਫੀ ਜ਼ੋਰ ਲਾਇਆ ਗਿਆ ਕਿ ਤੁਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਤੁਹਾਨੂੰ ਖੁਰਾਕ ਦਿੱਤੀ ਜਾਵੇ, ਚਾਹੇ ਉਹ ਪਾਈਪਸ ਰਾਹੀਂ ਦਿੱਤੀ ਜਾਵੇ ਜਾਂ ਜਿਵੇਂ ਦਿੱਤੀ ਜਾਵੇ ਜਾਂ ਲਿਕੁਇਡ ਦਿੱਤੀ ਜਾਵੇ। ਉਹਨਾਂ ਨੇ ਕਿਹਾ ਕਿ ਮੈਨੂੰ ਕਿਸੇ ਕਿਸਮ ਦੀ ਵੀ ਮੈਂ ਖਾਣਾ ਨਹੀਂ ਖਾਣਾ ਜੀ। ਔਰ ਉਹਨਾਂ ਨੇ ਅਖੀਰ ਤੱਕ ਇੱਕ ਬੂੰਦ ਵੀ ਕਿਸੇ ਕਿਸਮ ਦੀ ਖੁਰਾਕ ਨਹੀਂ ਖਾਧੀ ਜੀ। ਹਾਂਜੀ ਅੱਛਾ ਇਹਦੇ ਵਿਚਕਾਰ ਮੈਂ ਹੁਣ ਤੁਹਾਨੂੰ ਦੱਸਦਾ ਜੀ ਇੱਕ ਆਲ ਬੜੀ ਗੱਲ ਹੋਰ ਹੈ ਜੀ। ਇਹ ਗੁਰਮੁਖ ਸਿੰਘ ਮੁਸਾਫਰ ਜੀ ਜਿਹੜਾ ਉਹਨਾਂ ਦਾ ਹਮ ਉਮਰ ਸੀ ਜੀ, ਜਿਹੜਾ ਦਾ ਸਮਕਾਲੀ ਸੀ, ਹਾਂਜੀ ਉਹ ਅਖੀਰ ਤੱਕ ਕਾਂਗਰਸ ਦੇ ਨਾਲ ਜੁੜਿਆ ਰਿਹਾ ਜੀ। ਗੁਰਮੁਖ ਸਿੰਘ ਮੁਸਾਫਰ ਦਿੱਲੀ ਤੋਂ ਅੰਮ੍ਰਿਤਸਰ ਮੈਨੂੰ ਨੀ ਪਤਾ ਪੂਰਾ ਉਹਦੇ 2 ਚੱਕਰ ਲੱਗੇ ਕਿ 3 ਲੱਗੇ ਵੱਧ ਲੱਗੇ ਕਿ ਘੱਟ ਲੱਗੇ ਜੀ, ਉਹ ਬੈਕ ਐਂਡ ਫੋਰਥ ਬੜੀ ਵਾਰੀ ਅੰਮ੍ਰਿਤਸਰ ਆਇਆ ਫੇਰੂ ਮਾਨ ਸਿੰਘ ਨੂੰ ਮਿਲਣ ਵਾਸਤੇ ਜੀ। ਬਿਲਕੁਲ ਇੰਦਰਾ ਗਾਂਧੀ ਦੇ ਪਰਸਨਲ ਮੈਸੇਜ ਲੈ ਕੇ ਆਉਂਦਾ ਰਿਹਾ, ਜ਼ਬਾਨੀ ਵੀ ਤੇ ਲਿਖਤੀ ਵੀ, ਕਿ ਤੁਸੀਂ ਆਪਣਾ ਮਰਨ ਵਰਤ ਛੱਡ ਦਿਓ। ਹਾਂਜੀ ਹੈਲੋ ਹੈਲੋ ਜੀ ਜੀ ਹਾਂਜੀ ਸੁਣ ਰਿਹਾ। ਹਾਂਜੀ ਉਹ ਮੁਸਾਫਰ ਸਾਹਿਬ ਗੁਰਮੁਖ ਸਿੰਘ ਮੁਸਾਫਰ ਉਹ ਲਿਖਤੀ ਵੀ ਤੇ ਜ਼ਬਾਨੀ ਵੀ ਮੈਸੇਜ ਲੈ ਕੇ ਆਉਂਦੇ ਰਹੇ ਨੇ ਇੰਦਰਾ ਗਾਂਧੀ ਦੇ ਫੇਰੂ ਮਾਨ ਸਾਹਿਬ ਵਾਸਤੇ ਕਿ ਤੁਸੀਂ ਆਪਣਾ ਜਿਹੜਾ ਹੈਗਾ ਵਾਅਦਾ ਛੱਡ ਦਿਓ ਜੀ। ਉਹਦਾ ਅੱਗੋਂ ਜਵਾਬ ਹੀ ਹੁੰਦਾ ਸੀ ਫੇਰੂ ਮਾਨ ਦਾ ਕਿ ਮੈਂ ਉਸ ਬੱਚੀ ਦਾ ਸਤਿਕਾਰ ਕਰਦਾ ਵਾਂ, ਮੇਰੇ ਦੋਸਤ ਦੀ ਬੇਟੀ ਹੈ ਜੀ, ਪ੍ਰਧਾਨ ਮੰਤਰੀ ਦੇ ਤੌਰ ਤੇ ਵੀ ਰਿਕਾਰਡ ਕਰਦਾ ਵਾਂ ਜੀ, ਪਰ ਉਹਨੂੰ ਇਹ ਨੀ ਪਤਾ ਕਿ ਜਿਹੜਾ ਮੈਂ ਗੁਰੂ ਨਾਲ ਪ੍ਰਣ ਕਰਕੇ ਆਇਆ ਨਾ ਹਾਂਜੀ ਉਹਦੀ ਵੈਲਿਊ ਕੀ ਹੈ, ਬਿਲਕੁਲ ਉਹ ਮੈਂ ਨਹੀਂ ਤੋੜ ਸਕਦਾ ਜੀ, ਇਹ ਕੋਈ ਆਮ ਵਾਅਦਾ ਨਹੀਂ ਹੈਗਾ ਕਿਸੇ ਨਾਲ, ਇਹ ਗੁਰੂ ਨਾਲ ਪ੍ਰਣ ਕੀਤਾ ਹੋਇਆ ਹਾਂਜੀ ਜਿਹੜਾ ਪ੍ਰਾਣਾ ਤੱਕ ਨਿਭਾਇਆ ਜਾਂਦਾ, ਬਿਲਕੁਲ ਤੇ ਮੈਂ ਉੱਥੋਂ ਨਹੀਂ ਪਾਸੇ ਹਟ ਸਕਦਾ ਜੀ। ਹਰ ਵਾਰੀ ਉਹਦਾ ਇਹੀ ਜਵਾਬ ਹੁੰਦਾ ਸੀ ਹਾਂਜੀ। ਸੋ ਗੁਰਮੁਖ ਮੁਸਾਫਰ ਨੂੰ ਵੀ ਉਹ ਜਵਾਬ ਇੱਕੋ ਹੀ ਦਿੰਦਾ ਰਿਹਾ ਜੋ ਮੈਂ ਤੁਹਾਨੂੰ ਦੱਸ ਰਿਹਾ ਜੀ। ਬਿਲਕੁਲ ਸਹੀ ਕਹਿ ਰਹੇ। ਤੇ ਅਖੀਰ ਤੇ ਜੀ ਉਹ ਕਹਿ ਲਓ 27 ਅਕਤੂਬਰ ਨੂੰ 1969 ਨੂੰ 74ਵੇਂ ਦਿਨ ਆਪਣੇ ਜਿਹੜੇ ਅੰਤਲੇ ਸਾਹ ਲੈਂਦੇ ਹੋਏ ਜੀ ਇਸ ਫਾਨੀ ਦੁਨੀਆਂ ਤੋਂ ਅਲਵਿਦਾ ਕਹਿ ਰਹੇ, ਇੱਕ ਸ਼ਾਨਦਾਰ ਅਦੁੱਤੀ ਤੇ ਲਾਜਵਾਬ ਇਤਿਹਾਸ ਲਿਖ ਕੇ ਜੀ ਸਾਡੇ ਤੋਂ ਰੁਖਸਤ ਹੋ ਜਾਂਦੇ ਨੇ ਜੀ। ਬਿਲਕੁਲ ਜੀ ਬਿਲਕੁਲ ਬਹੁਤ ਵੱਡੀ, ਪਰ ਜਦੋਂ ਗਏ ਨੇ ਸਾਡੇ ਕੋਲੋਂ ਜੀ ਫਿਰ ਤੁਹਾਨੂੰ ਪਤਾ ਲੋਕ ਕਈ ਵਾਰੀ ਕਿਸੇ ਦੇ ਜਾਣ ਤੋਂ ਬਾਅਦ ਉਹਦੇ ਨਾਂ ਨੂੰ ਵਰਤਦੇ ਹੈ। ਬਿਲਕੁਲ ਬਿਲਕੁਲ ਵਕਤੀ ਤੌਰ ਤੇ ਇੱਕ ਫੇਰੂ ਮਨ ਅਕਾਲੀ ਦਲ ਵੀ ਬਣ ਗਿਆ ਸੀ ਜੀ। ਅੱਛਾ ਜੀ ਉਦੋਂ ਬਣਿਆ ਅੱਛਾ ਨਹੀਂ ਉਹਦੇ ਬਾਰੇ ਨਹੀਂ ਜੀ, ਜਿਵੇਂ ਸਿਮਰਨਜੀਤ ਸਿੰਘ ਮਾਨ ਦਾ ਅਕਾਲੀ ਦਲ ਬਣ ਗਿਆ ਹਾਂਜੀ, ਤੇ ਕਦੀ ਉਹ ਮਾਸਟਰ ਤਾਰਾ ਸਿੰਘ ਅਕਾਲੀ ਦਲ ਹੋ ਗਿਆ, ਕਦੀ ਫਤਿਹ ਸਿੰਘ ਅਕਾਲੀ ਦਲ ਹੋ ਗਿਆ, ਕਦੀ ਬਾਦਲ ਅਕਾਲੀ ਦਲ ਹੋ ਗਿਆ ਹਾਂਜੀ, ਇਸ ਤਰ੍ਹਾਂ ਕੁਝ ਕੁ ਦੇਰ ਫੇਰੂ ਮਨ ਅਕਾਲੀ ਦਲ ਵੀ ਹੋਣ ਵਿੱਚ ਆਉਂਦਾ ਹੈ ਹਾਂਜੀ। ਤੇ ਫਿਰ ਇਹਨਾਂ ਦਾ ਇੱਕ ਜਿਹੜਾ ਹੈਗਾ ਸੀ ਕੋਈ ਮੈਮੋਰੀਅਲ ਵੀ ਬਣਦਾ, ਉਹ ਬਣਿਆ ਜੀ ਫੇਰੂ ਮਨ ਪਿੰਡ ਦੇ ਵਿੱਚ ਹੀ ਬਣਿਆ ਜੀ ਸ਼ਾਇਦ, ਹਾਂ ਫੇਰੂ ਮਨ ਮੈਮੋਰੀਅਲ ਕਾਲਜ ਫਰਵੀ ਮਨ ਵੀ ਬਣਿਆ, ਕਾਲਜ ਵੀ ਬਣਿਆ ਜੀ, ਇੱਕ ਸ਼ਹੀਦ ਦਰਸ਼ਨ ਸਿੰਘ ਫੇਰੂ ਮਨ ਪਬਲਿਕ ਸਕੂਲ ਵੀ ਬਣਿਆ ਹਾਂਜੀ, 74 ਚ ਬਣਿਆ ਫਿਰ 81 ਚ ਬਣਿਆ ਜੀ, ਤੇ ਇੱਕ ਢੋਲੇਵਾਲ ਚ ਗੁਰਦੁਆਰਾ ਵੀ ਸਿੱਖ ਗੁਰਦੁਆਰਾ ਵੀ ਉਹਨਾਂ ਦੀ ਯਾਦ ਚ ਬਣਿਆ ਜੀ ਜੀ ਜੀ। ਪਰ ਉਂਝ ਹੈਗਾ ਕਿ ਦਰਸ਼ਨ ਸਿੰਘ ਫੇਰੂ ਮਾਨ ਪੰਜਾਬੀਆਂ ਦੀ ਰਗ ਰਗ ਚ ਵਸਦਾ ਜੀ, ਉਹ ਕਦੀ ਨੀ ਭੁੱਲਿਆ ਜਾ ਸਕਦਾ ਤੇ ਨਾ ਹੀ ਭੁੱਲਿਆ ਜਾਣਾ ਚਾਹੀਦਾ। ਉਹਦਾ ਇਤਿਹਾਸ ਜਿਵੇਂ ਤੁਸੀਂ ਦੁਹਰਾਇਆ ਅੱਜ ਯਾਦ ਕਰਾਇਆ ਜੀ, ਸਾਡੇ ਸਾਰੇ ਮੀਡੀਆ ਵਾਲਿਆਂ ਨੂੰ ਲਿਖਾਰੀਆਂ ਨੂੰ ਪੱਤਰਕਾਰਾਂ ਨੂੰ
ਟੀਵੀ ਵਾਲਿਆਂ ਨੂੰ ਹਮੇਸ਼ਾ ਉਹਦੀ ਯਾਦ ਤੇ ਚਿਰਾਗ ਜਿਹੜਾ ਨਾ ਜੀ ਉਬਲਦਾ ਰੱਖਣਾ ਚਾਹੀਦਾ ਜੀ। ਨਹੀਂ ਸੋ ਸਾਹਿਬ ਤੁਹਾਡੀ ਬਹੁਤ, ਤੁਸੀਂ ਦੇਖੋ ਤੁਸੀਂ ਜਾਣਕਾਰੀ ਕਿੰਨੀ ਵੱਡੀ ਦਿੱਤੀ ਹੈ, ਜਿਹੜਾ ਆਮ ਸਾਡੇ ਮਨੋ ਮੈਂ ਸਰੋਤੇ ਸੁਣਨ ਵਾਲੇ ਆ ਉਹਨਾਂ ਨੂੰ ਵੀ ਸ਼ਾਇਦ ਇੰਨੀ ਜਾਣਕਾਰੀ ਦਾ ਨਹੀਂ ਸੀ ਪਤਾ। ਮੈਂ ਵੀ ਨਿੱਕੇ ਹੁੰਦੇ ਨੇ ਇਹ ਗੱਲਾਂ, ਮੇਰੀ ਵੀ ਮੁੜ ਤੋਂ ਰਹੀ ਆਦਤ ਥੋੜ੍ਹਾ ਬਹੁਤਾ ਸੁਣਨ ਦੀ, ਪੜ੍ਹਨ ਦੀ, ਲਿਖਣ ਦੀ, ਕਿ ਕੀ ਹੋ ਰਿਹਾ ਹੈ। ਔਰ ਉਹਨਾਂ ਦੀ ਜਿਹੜੀ ਸ਼ਹਾਦਤ ਆ ਉਹ ਬਹੁਤ ਜ਼ਿਆਦਾ ਵੱਡੀ ਹੈ, ਅਸੀਂ ਸਾਡੀ ਕੌਮ ਨੇ ਇਗਨੋਰ ਕੀਤਾ ਹੈ, ਬਹੁਤ ਜ਼ਿਆਦਾ ਕੀਤਾ ਹੈ, ਤਾਂ ਕਿ ਉਹਨਾਂ ਦੀ ਜਿਹੜੀ ਇਹ ਜਾਤ ਸੀ ਜਾਂ ਉਹਨਾਂ ਦਾ ਜੋ ਇਹ ਸ਼ਹਾਦਤ ਸੀ ਉਹਨੂੰ ਅਸੀਂ ਪੂਰੀ ਨਿਭਾ ਨਹੀਂ ਸਕੇ। ਅੱਜ ਕੱਲ੍ਹ ਜਿਹੜੇ ਸਾਡੇ ਰਾਈਟਰ ਨੇ ਜਾਂ ਲਿਖਣ ਵਾਲੇ ਨੇ ਉਹਨਾਂ ਨੇ ਵੀ ਇਗਨੋਰ ਕੀਤਾ। ਚਲੋ ਟੀ ਵੀ 'ਤੇ ਤਾਂ ਅਸੀਂ ਜ਼ਿਆਦਾ ਇਹ ਨਹੀਂ ਕਹਿ ਸਕਦੇ, ਕਿਉਂਕਿ ਉਹ ਟੀ ਵੀ ਵੀ ਸਾਰਾ 80-90% ਸਾਰਾ ਉਹ ਕੀ ਕਹਿੰਦੇ ਗੋਦੀ ਮੀਡੀਆ ਹੀ, ਉਹਨਾਂ ਨੇ ਤਾਂ ਕੀ ਸੁਣਾਉਣਾ ਸਾਨੂੰ। ਚਲੋ ਸਾਡੇ ਧੰਨ ਭਾਗ ਹੈ ਕਿ ਤੁਸੀਂ ਸਾਨੂੰ ਅੱਜ ਸੋ ਸਾਹਿਬ ਬਹੁਤ ਵੱਡੀ ਜਾਣਕਾਰੀ ਦਿੱਤੀ ਹੈ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਅਤੇ ਕੱਲ੍ਹ ਹੋਰ ਕੁਛ ਕਹਿਣਾ ਚਾਹੋ ਸੋ ਸਾਹਿਬ? ਬਸ ਜੀ ਇਹੀ ਕਹਾਂਗਾ ਜੀ ਕਿ ਫੇਰੂ ਮਾਨ ਸਾਹਿਬ ਪੰਜਾਬ ਦਾ ਇੱਕ ਬੜਾ ਚਾਨਣ ਮੁਨਾਰਾ ਨੇ ਜੀ। ਜਿਵੇਂ ਚਾਨਣ ਮੁਨਾਰਾ ਜੇ ਸਮੁੰਦਰ ਵਿੱਚ ਖਲੋਤਾ ਹੋਵੇ ਜੀ, ਇਹ ਛਿਪਸ ਜਿਹੜੀਆਂ ਨੇ ਨਾ ਉਹ ਗੁੰਮਰਾਹ ਨਹੀਂ ਹੁੰਦੀਆਂ ਜੀ। ਗੁੰਮਰਾਹ ਨਹੀਂ ਹੁੰਦੀਆਂ, ਬਿਲਕੁਲ ਸਹੀ ਕਹਿ। ਅਸੀਂ ਵੀ ਉਸ ਚਾਨਣ ਮੁਨਾਰੇ ਨੂੰ ਸਾਹਮਣੇ ਰੱਖੀਏ ਤੇ ਗੁੰਮਰਾਹ ਨਾ ਹੋ ਜਾਈਏ ਜੀ, ਤੇ ਉਸ ਚਾਨਣ ਦੀ ਸੇਧ ਵਿੱਚ ਤੁਰੇ ਰਹੀਏ। ਬਿਲਕੁਲ, ਜਿਹੜਾ ਚਾਨਣ ਮੁਨਾਰਾ ਸਾਨੂੰ ਰਾਹ ਦਿਖਾ ਗਏ ਨੇ ਜੀ, ਅਸੀਂ ਉਹ ਲਾਟ ਨੂੰ ਹਮੇਸ਼ਾ ਬਾਲ ਕੇ ਰੱਖੀਏ ਜੀ। ਬਹੁਤ ਮਿਹਰਬਾਨੀ ਸੋ ਸਾਹਿਬ, ਥੈਂਕ ਯੂ ਵੈਰੀ ਮੱਚ ਐਂਡ ਹੈਵ ਗੁੱਡ ਨਾਈਟ, ਫਿਰ ਮਿਲਾਂ। ਥੈਂਕ ਯੂ ਜੀ, ਥੈਂਕ ਯੂ ਸਰ, ਚੰਗਾ ਜੀ, ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਸਰ। ਦੋਸਤੋ ਇਹ ਸਨ ਪਰਮਿੰਦਰ ਸਿੰਘ ਸੋ ਸਾਹਿਬ, ਜਿਹਨਾਂ ਕੋਲੋਂ ਆਪਾਂ ਅੱਜ ਪੂਰੀ ਜਾਣਕਾਰੀ ਲਈ ਹੈ ਕੀ ਹੋ ਰਿਹਾ, ਕੀ ਹੁੰਦਾ ਸੀ ਉਹ ਜ਼ਮਾਨੇ ਦੇ ਵਿੱਚ, ਉਹ ਟਾਈਮ ਦੇ ਵਿੱਚ ਐਡੀ ਵੱਡੀ ਸ਼ਹਾਦਤ ਹੋਵੇ ਫੇਰੂ ਮਾਨ ਸਾਹਿਬ ਦੀ ਅਤੇ ਉਹਨੂੰ ਇਗਨੋਰ ਕੀਤਾ ਗਿਆ ਹੋਵੇ ਸਾਡੇ ਮੀਡੀਆ ਵੱਲੋਂ ਵੀ, ਸਾਡੇ ਰਾਈਟਰਾਂ ਵੱਲੋਂ ਵੀ, ਸਾਡੇ ਨਿਊਜ਼ ਪੇਪਰਾਂ ਵੱਲੋਂ ਵੀ। ਅੱਜ ਤੋਂ ਕਈ ਸਾਲਾਂ ਤੋਂ ਉਹਨਾਂ ਦੀ ਕਦੀ ਕੋਈ ਖਬਰ ਜਾਂ ਉਹਨਾਂ ਦਾ ਕੋਈ ਦਿਨ ਤਿਉਹਾਰ ਨਹੀਂ ਮਨਾਇਆ ਗਿਆ। ਅਸੀਂ ਕੋਸ਼ਿਸ਼ ਕੀਤੀ ਹੈ ਪ੍ਰਵਾਸ ਰੇਡੀਓ ਵੱਲੋਂ ਤਾਂ ਕਿ ਅਸੀਂ ਇਹ ਫੇਰੂ ਮਾਨ ਸਾਹਿਬ ਦੇ ਇਸ ਸ਼ਹੀਦੀ ਨੂੰ ਅਸੀਂ ਪ੍ਰਣਾਮ ਕਰਦੇ ਹਾਂ। ਪ੍ਰਵਾਸ ਰੇਡੀਓ ਉਹਨਾਂ ਨੂੰ ਸਲੂਟ ਕਰਦਾ ਉਹਨਾਂ ਦੀ ਸ਼ਹੀਦੀ ਨੂੰ, ਔਰ ਬਹੁਤ ਬਹੁਤ ਅਸੀਂ ਉਹ ਸਤਿਕਾਰ ਨਾਲ ਉਹਨਾਂ ਨੂੰ ਜਿਹੜਾ ਉਹ ਉਹਨਾਂ ਨੂੰ ਵੈਲਕਮ ਕਰਦੇ ਹਾਂ ਜੋ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀਤਾ। ਕਈ ਬੰਦੇ ਤੋਂ ਦੱਸਿਆ ਸੋ ਸਾਹਿਬ ਨੇ ਕਿ ਕਿੰਨੇ ਕੁ ਵਿੱਚ ਆਏ, ਕਿੱਧਰ ਨੂੰ ਭੱਜ ਗਏ, ਡਰਦਿਆਂ ਮਾਰਿਆਂ ਨੇ ਉਹ ਜਿਹੜਾ ਹੈਗਾ ਆਪ ਪਿੱਛੇ ਹੋ ਗਏ, ਉਹ ਵਿੱਚ ਵਿਚੋਲੇ ਪਵਾ ਕੇ ਆਪਣੀਆਂ ਜਾਨਾਂ ਬਚਾਉਣ ਦੀ ਕੋਸ਼ਿਸ਼ ਕੀਤੀ। ਇਹੋ ਜਿਹੇ ਸ਼ਹੀਦ ਕਿੱਥੇ ਮਿਲਦੇ? ਸਾਡੀ ਕੌਮ 'ਚ ਸ਼ਹੀਦਾਂ ਨਾਲ ਭਰੀ ਪਈ ਹੈ ਸਿੱਖ ਕੌਮ, ਇਹਦੇ ਵਿੱਚ ਸ਼ਹੀਦਾਂ ਦੀਆਂ ਤਾਂ ਲੜੀਆਂ ਹੀ ਬਹੁਤ ਲੰਮੀਆਂ ਹੈਗੀਆਂ, ਗਿਣਦੇ ਰਹੋ। ਅਤੇ ਅਸੀਂ ਇਹ ਵੀ ਸੋਚਿਆ ਕਿ ਅਸੀਂ ਹੁਣ ਸੋ ਸਾਹਿਬ ਦੇ ਨਾਲ ਜਿਹੜਾ ਅਗਲੇ ਪ੍ਰੋਗਰਾਮ ਹੋਣਗੇ, ਅੱਗੇ ਵੀ ਅਸੀਂ ਕਰਦੇ ਸੀ, ਚਲੋ ਇੱਕ ਹਫ਼ਤਾ ਗੈਬ ਹੋ ਗਿਆ, ਅਸੀਂ ਦਿਨ ਜਿਹੜਾ ਵੀ ਦਿਨ ਹੁੰਦਾ ਉਹਦੇ ਬਾਰੇ ਵੀ ਜਾਣਕਾਰੀ ਜਿਹੜੀ ਹੈ ਉਹ ਦਿਆ ਕਰਾਂਗੇ। ਇੱਕ ਅੱਧਾ ਗੀਤ ਸੁਣਦੇ ਹਾਂ, ਫਿਰ ਮੈਂ ਆਪਾਂ ਥੋੜ੍ਹੇ ਚਿਰ ਬਾਅਦ ਜਿਹੜਾ ਹੈਗਾ ਆਪਣਾ ਅਗਲਾ ਪ੍ਰੋਗਰਾਮ ਉਹਨੂੰ ਆਪਾਂ ਤੁਹਾਡੇ ਨਾਲ ਰੂਬਰੂ ਕਰਾਂਗੇ ਅਗਲੇ ਪ੍ਰੋਗਰਾਮ ਲਈ। ਇੱਕ ਅੱਧਾ ਗਾਣਾ ਸੁਣ ਕੇ ਉਸ ਤੋਂ ਬਾਅਦ ਫਿਰ ਆਪਾਂ ਅੱਗੇ ਵੱਧਦੇ ਹਾਂ। ਅਤੇ ਲਓ ਇੱਕ ਆਪਾਂ ਗਾਣਾ ਸੁਣਦੇ ਹਾਂ, ਉਹਨਾਂ ਚਿਰ ਮੈਂ ਫੇਸਬੁੱਕ ਜਿਹੜੀ ਆ ਉਹਨੂੰ ਔਫ ਕਰ ਰਿਹਾ, ਔਰ ਫੇਸਬੁੱਕ ਨੂੰ ਜਦੋਂ ਬਲਵੀਰ ਬੱਬੀ